लूका दी अंजील उदा दो बाप और उदी 13 और 14 आयत विच इस तरह लिखिया है, ता एकदम सुरग दी फौज दा एक जत्था उस दूत दे नाल हो के परमेश्वर दी उस्तत करदा ते ए कहंदा सी, परमताम विच परमेश्वर दी वड्याई अते धरती उत्ते शांति उना लोकां विच जिना नाल ओ प्रसन्न है। आमीन। सर जग विच नूर है छाया, रल दूता शोर मचाया, सर जग विच नूर है छाया, नूर है छाया शोर मचाया, नूर है छाया शोर मचाया, अज मुक्ति दाता आया। मैं तो तुहानू तौबा दे लई पानी नाल बपतिस्मा दिंदा हाँ, पर जेड़ा मेरे पिछे आउन वाला है वह मेरे तो बलवंत है अते मैं उदी जुती चुकन दे योग नहीं हाँ। वो तुहानू पवित्र आत्मा अते अग नाल बपतिस्मा देऊ
ਉਹਦੀ ਤੁੰਗਲੀ ਉਹਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੂ ਅਤੇ ਆਪਣੀ ਕਣਕ ਨੂੰ ਕੋਠੇ ਵਿੱਚ ਜਮ੍ਹਾਂ ਕਰੂ, ਪਰ ਤੂੜੀ ਨੂੰ ਉਸ ਅਗਨ ਵਿੱਚ ਸਾੜੇਗਾ ਜਿਹੜੀ ਬੁੱਝਣ ਵਾਲੀ ਨਹੀਂ। ਤਦ ਯੇਸੂ ਗਲੀਲ ਤੋਂ ਯਰਦਨ ਦੇ ਕੰਢੇ ਯਹੂਨਾ ਕੋਲ ਉਸ ਦੇ ਹੱਥੋਂ ਬਪਤਿਸਮਾ ਲੈਣ ਨੂੰ ਆਇਆ, ਪਰ ਯਹੂਨਾ ਨੇ ਇਹ ਕਹਿ ਕੇ ਉਸ ਨੂੰ ਰੋਕਿਆ, ਭਾਈ ਮੈਨੂੰ ਤਾਂ ਤੇਤੋਂ ਬਪਤਿਸਮਾ ਲੈਣ ਦੀ ਲੋੜ ਹੈ ਅਤੇ ਤੂੰ ਮੇਰੇ ਕੋਲ ਆਇਆ ਹੈ। ਪਰ ਯੇਸੂ ਨੇ ਉਸ ਨੂੰ ਉੱਤਰ ਦਿੱਤਾ, ਹੁਣ ਦੇ, ਕਿਉਂ ਜੋ ਸਾਨੂੰ ਯੋਗ ਹੈ ਜੋ ਸਾਰੇ ਧਰਮ ਨੂੰ ਇਸੇ ਤਰ੍ਹਾਂ ਪੂਰਾ ਕਰੀਏ। ਤਾਂ ਉਸ ਨੇ ਹੋਣ ਦਿੱਤਾ ਅਤੇ ਜਾਂ ਯੇਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ ਆਕਾਸ਼ ਉਹਦੇ ਲਈ ਖੁੱਲ੍ਹ ਗਿਆ ਅਤੇ ਉਹਨੇ ਪਰਮੇਸ਼ਰ ਦਾ ਆਤਮਾ ਕਬੂਤਰ ਵਾਂਜੂ ਉੱਤਰਦਾ ਅਤੇ ਆਪਣੇ ਉੱਤੇ ਆਉਂਦਾ ਡਿੱਠਾ। ਔਰ ਵੇਖੋ ਇੱਕ ਸਵਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ। ਆਮੇਨ। ਬਹੁਤ 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 ਆਮੇਨ। ਆਮੇਨ। ਸੇ ਆਮੇਨ। ਬਹੁਤ ਆਮੇਨ। ਆਮੇਨ। ਓ ਸੇ ਲਾਉਡੀ ਆਮੇਨ। ਆਮੇਨ। ਅੰਕੋਰਾ ਆਮੇਨ। 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 ਆਸ ਇਟ ਇਸ ਰਿਟਨ ਜਿਸ ਤਰ੍ਹਾਂ ਲਿਖਿਆ ਹੋਇਆ ਹੈ। ਸੇ ਇਨਡੀਡ ਬਪਟਾਈਜ਼ ਯੂ ਵਿਦ ਵਾਟਰ ਇਨਟੂ ਰਿਪੈਂਟੈਂਸ ਬਟ ਹੀ ਦੈਟ ਕਮਥ ਆਫਟਰ ਮੀ ਇਜ਼ ਮਾਈਟੀਅਰ ਦੈਨ ਆਈ whose shoe I am not worthy to bear. He shall baptize you with Holy Ghost and with power. Holy Ghost and with fire. ਕਹਿੰਦਾ ਜਿਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਇੱਥੇ ਬੋਲਦਾ ਪਿਆ, ਕਹਿੰਦਾ ਕਿ ਜਿਸ ਤਰ੍ਹਾਂ ਲਿਖਿਆ ਹੋਇਆ ਮੈਂ ਤਾਂ ਤੁਹਾਨੂੰ ਪਛਤਾਪ ਦਾ ਬਪਤਿਸਮਾ ਦੇਣਾ, ਪਰ ਮੇਰੇ ਤੋਂ ਜਿਹੜਾ ਪਿੱਛੇ ਆਉਂਦਾ ਹੈ ਉਹ ਤੁਹਾਨੂੰ ਅੱਗ ਅਤੇ ਪਵਿੱਤਰ ਆਤਮਾ ਦਾ ਬਪਤਿਸਮਾ ਦੇਵੇਗਾ। We are coming to baptize you with water. ਅੱਜ ਅਸੀਂ ਤੁਹਾਨੂੰ ਪਾਣੀ ਦੇ ਨਾਲ ਬਪਤਿਸਮਾ ਦੇਣ ਦੇ ਲਈ ਜਾ ਰਹੇ ਹਾਂ। Usher you into repentance. ਔਰ ਪਛਤਾਪ ਦਾ। But the one who is coming to baptize you, ਪਰ ਇੱਕ ਜਿਹੜਾ ਆਏਗਾ ਤੁਹਾਨੂੰ ਬਪਤਿਸਮਾ ਦੇਣ ਦੇ ਲਈ, he will baptize you with Holy Ghost and with fire. ਉਹ ਤੁਹਾਨੂੰ ਬਪਤਿਸਮਾ ਦੇਵੇਗਾ ਅੱਗ ਦੇ ਨਾਲ ਅਤੇ ਪਵਿੱਤਰ ਆਤਮਾ ਦੇ ਨਾਲ। From today, ਅੱਜ ਤੋਂ the power of God will be your portion. Parmeshwar di shakti tade utte aayegi. Amen. You will burn like a fire. Tusi agg di nai hovoge. Amen. You will burn like a fire. Tusi agg di nai hovoge. God has a Christ in you, the hope of glory. Par tade vich ek aasha di kiran jaage. And if Christ is in you, je prabhu yeshu si tade vich, who can be against you? Tade samne koi vi cheez nahi khad sakdi. So after here, Jehovah God is coming to baptize you with Holy Ghost and with fire. ਇਸ ਤੋਂ ਬਾਅਦ ਪਰਮੇਸ਼ਵਰ ਖੁਦ ਤੁਹਾਨੂੰ ਆਏਗਾ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦੇਵੇਗਾ। The Bible says, ਪਵਿੱਤਰ ਆਤਮਾ ਪ੍ਰਭੂ ਦਾ ਵਚਨ ਦੱਸਦਾ ਆ, after Jesus been baptized, ਜਦੋਂ ਪ੍ਰਭੂ ਯੇਸ਼ੂ ਮਸੀਹ ਨੇ ਬਪਤਿਸਮਾ ਲੈ ਲਿਆ, the heavens opened. ਸਵਰਗ ਖੁੱਲ ਗਿਆ। Today I declare unto you, ਮੈਂ ਅੱਜ ਇਹ ਡਿਕਲੇਅਰ ਕਰਦਾ ਆ, after this baptism, ਇਹ ਬਪਤਿਸਮਾ ਤੋਂ ਬਾਅਦ, the heavens will open for you. And anything pertaining the kingdom, ਸਾਰਾ ਕੁਝ ਸਵਰਗ ਦੇ ਵਿੱਚ, ਇਸ ਯੋਰ ਪੋਰਸ਼ਨ, ਔਰ ਤੁਹਾਡੇ ਲਈ ਹੋ ਜਾਏਗਾ। ਇਸ ਯੋਰਸ, ਔਰ ਤੁਹਾਡਾ ਹੋ ਜਾਏਗਾ। ਐਂਡ ਦ ਡਿਊ ਆਫ ਹੈਵਨਸ, ਜਿਹੜੀ ਤਰੇਲ ਸਵਰਗ ਦੀ ਤਰੇਲ ਆ, ਵੋ ਕਮਸ ਅਪਨ ਯੂ, ਔਰ ਤੁਹਾਡੇ ਉੱਤੇ ਆਏਗੀ। ਐਂਡ ਯੂ ਵਿਲ ਫਲੋਰਿਸ਼, ਔਰ ਤੁਸੀਂ ਆਨੰਦ ਹੋ ਜਾਓਗੇ। ਲਾਈਕ ਅ ਟ੍ਰੀ ਪਲਾਂਟਡ ਇਨ ਦ ਰਿਵਰ ਸਾਈਡ, ਜਿਸ ਤਰ੍ਹਾਂ ਆਨੰਦ ਹੋ ਜਾਓਗੇ, ਜਿਸ ਤਰ੍ਹਾਂ ਇੱਕ ਦਰਖਤ ਨਦੀ ਦੇ ਕਿਨਾਰੇ ਲਾਇਆ ਗਿਆ, ਉਹਨੂੰ ਪਾਣੀ ਮਿਲਦਾ ਫਲਦਾ ਆ। ਨਾਟ ਓਨਲੀ ਦੈਟ, ਸਿਰਫ ਇਹੀ ਨਹੀਂ, ਦ ਬਾਈਬਲ ਸੇਸ, ਵਚਨ ਦੱਸਦਾ ਆ, ਦੇ ਕੇਮ ਵਿਦ ਅ ਵੌਇਸ, ਉਹ ਆਵਾਜ਼ ਦੇ ਨਾਲ ਆਏ। ਫਰਮ ਟੂਡੇ, ਅੱਜ ਤੋਂ, ਆਫਟਰ ਬੀਂਗ ਬਪਟਾਈਜ਼, ਜਦੋਂ ਤੁਸੀਂ ਬਪਤਿਸਮਾ ਲੈ ਲਓਗੇ, ਯੂ ਹੀਅਰ ਦ ਵੌਇਸ ਆਫ ਗੋਡ, ਤੁਸੀਂ ਪਵਿੱਤਰ ਆਤਮਾ ਦੀ, ਪ੍ਰਭੂ ਯੇਸ਼ੂ ਮਸੀਹ ਦੀ ਆਵਾਜ਼ ਨੂੰ ਸੁਣੋਗੇ। ਆਮੇਨ। ਵੈਨ ਐਵਰ ਗੋਡ ਸਪੀਕਸ, ਜਦੋਂ ਵੀ ਪਰਮੇਸ਼ਰ ਬੋਲਦੇ ਨੇ, ਯੂ ਹੀਅਰ, ਤੁਸੀਂ ਸੁਣੋਗੇ। You will hear. Tusi sunoge. Hallelujah. Hallelujah. Not only that. Sirf ehi nahi. It is the fulfillment of righteousness. Eh dharmikta di puranta aya. From today. Aaj to. Everything. Har ek cheez. That has been entangled you.
ਜਿਹੜੀ ਤੁਹਾਨੂੰ ਚੀਜ਼ ਰੋਕਦੀ ਆ ਬਿਕੋਜ਼ ਆਫ ਦੇ ਫਫਿਲਮੈਂਟ ਆਫ ਰਾਈਚਸਨੈਸ ਜਿਹੜੀ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਤੋਂ ਪੂਰਾ ਕਰਨ ਦੀ ਕੋਈ ਵੀ ਚੀਜ਼ ਤੁਹਾਨੂੰ ਰੋਕਦੀ ਆ ਯੂ ਸੈਟ ਫ੍ਰੀ ਤੁਸੀਂ ਉਸ ਤੋਂ ਆਜ਼ਾਦ ਹੋ ਜਾਓਗੇ ਯੂ ਵਿਲ ਬੀ ਕਲੀਨਸ ਤੁਸੀਂ ਸਾਫ਼ ਹੋ ਜਾਓਗੇ ਦ ਆਲ ਥਿੰਗਸ ਵਿਲ ਪਾਸ ਅਵੇ ਤੁਸੀਂ ਤੁਹਾਡੀਆਂ ਸਾਰੀਆਂ ਪੁਰਾਣੀਆਂ ਚੀਜ਼ਾਂ ਚਲੀਆਂ ਜਾਣਗੀਆਂ ਬਿਕੋਜ਼ ਦ ਬਾਈਬਲ ਸੇਸ ਕਿਉਂਕਿ ਵਚਨ ਦੱਸਦਾ ਇਨ ਸੈਕੰਡ ਕੋਰਿੰਥੀਅਨਸ ਚੈਪਟਰ 5 ਸੈਕ ਦੂਸਰਾ ਕੋਰਿੰਥੀਆ 5 ਬਾਬ ਵਰਸ 17 ਉਹਦੀ 17 ਐਚ ਲਿਖਿਆ ਹੈ ਇਟਸ ਲਾਈਕ ਡਾਊ ਦੇਰਫੋਰ ਅੱਜ ਤੋਂ ਡਾਊ ਦੇਰਫੋਰ ਹੁਣ ਤੋਂ ਇਫ ਅ ਮੈਨ ਬੀ ਇਨ ਕ੍ਰਾਈਸਟ ਹੁਣ ਤੋਂ ਅਗਰ ਕੋਈ ਯਿਸੂ ਮਸੀਹ ਦੇ ਵਿੱਚ ਹੈ ਹੀ ਇਜ਼ ਅ ਨਿਊ ਕ੍ਰੀਏਚਰ ਉਹ ਨਵੀਂ ਸ੍ਰਿਸ਼ਟੀ ਆ ਦ ਆਲ ਥਿੰਗਸ ਹੈਸ ਪਾਸਡ ਅਵੇ ਕਿਉਂਕਿ ਪੁਰਾਣੀਆਂ ਗੱਲਾਂ ਸਾਰੀਆਂ ਬੀਤ ਗਈਆਂ ਬਿਹੋਲਡ ਹੁਣ ਤਕੜੇ ਹੋ ਜਾਓ ਐਵਰੀਥਿੰਗ ਹੈਸ ਬਿਕਮ ਨਿਊ ਤਕੜੇ ਹੋ ਜਾਓ ਕਿਉਂਕਿ ਹਰ ਇੱਕ ਚੀਜ਼ ਨਵੀਂ ਬਣ ਗਈ ਤੁਹਾਡੇ ਦੇ ਦੇਖੋ 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 ਆਪਣੀਆਂ ਅੱਖਾਂ ਦੇ ਨਾਲ ਹਾਲੇਲੂਯਾ ਕਲੀਸਿਆ ਸੇ ਬੈਕ ਹੀ ਹੋ ਅੱਜ ਦੇਖੋ ਆਪਣੀਆਂ ਅੱਖਾਂ ਦੇ ਨਾਲ ਸਾਰੀਆਂ ਪੁਰਾਣੀਆਂ ਚੀਜ਼ਾਂ ਚਲੀਆਂ ਗਈਆਂ ਆਮੇਨ 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 ਵਚਨ ਸਾਨੂੰ ਦੱਸਦਾ ਹੈ ਅੱਜ ਦਾ ਦਿਨ ਜਿਹੜਾ ਉਹ ਪਰਮੇਸ਼ਵਰ ਨੇ ਬਣਾਇਆ ਹੈ ਸਾਨੂੰ ਇਸ ਦੇ ਵਿੱਚ ਖੁਸ਼ ਅਤੇ ਆਨੰਦ ਹੋਣਾ ਚਾਹੀਦਾ ਦਿਸ ਇਜ਼ ਦ ਡੇ ਦੈਟ ਦ ਲਾਰਡ ਹੈਸ ਓਪਨਡ ਵੇ ਫੋਰ ਆਵਰ ਪ੍ਰੈਜ਼ੈਂਸ ਟੂ ਕਮ ਟੂ ਹਿਸ ਪ੍ਰੈਜ਼ੈਂਸ ਅੱਜ ਦਾ ਦਿਨ ਪਰਮੇਸ਼ਵਰ ਨੇ ਬਣਾਇਆ ਕਿ ਭਾਈ ਜਿਹੜੇ ਭੈਣ ਭਾਈ ਨੇ ਉਹ ਪਰਮੇਸ਼ਵਰ ਦੀ ਹਜ਼ੂਰੀ ਚ ਆਉਣ ਆਪਾਂ ਇਹੀ ਕਰ ਸਕਦੇ ਹਾਂ ਕਿ ਉਸ ਦਿਨ ਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਆਪਾਂ ਖੁਸ਼ ਹੋਈਏ ਅਤੇ ਆਨੰਦ ਮਨਾਈਏ ਅੱਜ ਦਾ ਦਿਨ ਇਸ ਕਰਕੇ ਬਣਾਇਆ ਗਿਆ ਕਿ ਅੱਜ ਦੇ ਦਿਨ ਇਸ ਫੈਮਿਲੀ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਵਚਨ ਪੂਰਾ ਹੁੰਦਾ ਵੇਖ ਸਕੀਏ ਦਿਸ ਇਜ਼ ਅ ਗ੍ਰੇਟ ਕਮਿਸ਼ਨ ਇਹ ਪਰਮੇਸ਼ਵਰ ਦੀ ਇੱਕ ਵੱਡੀ ਆਗਿਆ ਆ ਬਾਈਬਲ ਸੇਜ਼ ਯੂ ਸ਼ੁਡ ਗੋ ਟੂ ਦ ਹੋਲ ਵਰਲਡ ਪਰਮੇਸ਼ਵਰ ਦੇ ਵਚਨ ਚ ਲਿਖਿਆ ਪੂਰੇ ਜਗਤ ਚ ਜਾਓ ਪ੍ਰੀਚ ਦ ਗੋਸਪਲ ਪਰਮੇਸ਼ਵਰ ਦੇ ਸੁਸਮਾਚਾਰ ਨੂੰ ਸੁਣਾਓ ਐਂਡ ਐਨੀਬਾਡੀ ਹੂ ਐਕਸੈਪਟਡ ਜੇ ਕੋਈ ਇਸ ਵਚਨ ਨੂੰ ਗ੍ਰਹਿਣ ਕਰੇ ਜੀਸਸ ਕ੍ਰਾਈਸਟ ਐਜ਼ ਹਿਸ ਪਰਸਨਲ ਸੇਵੀਅਰ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਸੰਪੂਰਨ ਉਧਾਰਕਰਤਾ ਸਮਰਪਿਤ ਕਰੇ ਪਰਮੇਸ਼ਵਰ ਨੂੰ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕੀਤਾ We have every cause to baptize them. ਸਾਨੂੰ ਇਹ ਪੂਰਨ ਅਧਿਕਾਰ ਹੈ ਕਿ ਇਹਨਾਂ ਨੂੰ ਬਪਤਿਸਮਾ ਦੇ ਸਕੀਏ The Bible says this is the confirmation or the fulfillment. ਪਰਮੇਸ਼ਵਰ ਦੇ ਵਚਨ ਚ ਲਿਖਿਆ ਹੈ ਇਹ ਪੂਰਨਤਾ ਹੈ ਕਿ ਸੱਚਮੁੱਚ ਇਹ ਕਨਫਰਮ ਆ So before we baptize them, ਇਸ ਤੋਂ ਪਹਿਲਾਂ ਕਿ ਇਹਨਾਂ ਨੂੰ ਬਪਤਿਸਮਾ ਦੇਈਏ I want us to read the book of Matthew chapter 3 verse 11 to 17. ਇਸ ਤੋਂ ਪਹਿਲਾਂ ਕਿ ਇਹਨਾਂ ਨੂੰ ਬਪਤਿਸਮਾ ਦੇਈਏ ਅਸੀਂ ਪਰਮੇਸ਼ਵਰ ਦੇ ਵਚਨ ਚੋਂ ਪੜਾਂਗੇ ਮਤੀ ਦੀ ਅੰਜੀਲ Matthew chapter 3 ਮਤੀ ਦੀ ਅੰਜੀਲ ਉਹਦਾ 3 ਅਧਿਆਏ verse 11 to 17 11 ਆਇਤ ਤੋਂ ਲੈ ਕੇ 17 ਆਇਤ ਤੱਕ ਆਮੇਨ ਆਮੇਨ Anybody can read Punjabi? ਆਪਾਂ ਪਾਸਟਰ ਪ੍ਰਦੀਪ ਜੀ ਨਾਲ ਇਸ ਵਚਨ ਨੂੰ ਪੜ੍ਹ ਸਕਦੇ ਹਾਂ ਮੈਂ ਤਾਂ ਤੁਹਾਨੂੰ ਤੋਵਾ ਦੇ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਜਿਹੜਾ ਮੇਰੇ ਪਿੱਛੇ ਆਉਣ ਵਾਲਾ ਹੈ ਉਹ ਮੇਰੇ ਤੋਂ ਬਲਵੰਤ ਹੈ ਅਤੇ ਮੈਂ ਉਹਦੀ ਜੁੱਤੀ ਚੁੱਕਣ ਦੇ ਯੋਗ ਨਹੀਂ ਹਾਂ ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦਿਓ ਉਹਦੀ ਤੁੰਗਲੀ ਉਹਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੂ ਅਤੇ ਆਪਣੀ ਕਣਕ ਨੂੰ ਕੋਠੇ ਵਿੱਚ ਜਮ੍ਹਾਂ ਕਰੂ ਪਰ ਤੂੜੀ ਨੂੰ ਉਸ ਅਗਨ ਵਿੱਚ ਸਾੜੇਗਾ ਜਿਹੜੀ ਬੁੱਝਣ ਵਾਲੀ ਨਹੀਂ ਤਦ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ ਯਹੂਨਾ ਕੋਲ ਉਸ ਦੇ ਹੱਥੋਂ ਬਪਤਿਸਮਾ ਲੈਣ ਨੂੰ ਆਇਆ ਪਰ ਯਹੂਨਾ ਨੇ ਇਹ ਕਹਿ ਕੇ ਉਸ ਨੂੰ ਰੋਕਿਆ ਭਾਈ ਮੈਨੂੰ ਤਾਂ ਤੇਤੋਂ ਬਪਤਿਸਮਾ ਲੈਣ ਦੀ ਲੋੜ ਹੈ ਅਤੇ ਤੂੰ ਮੇਰੇ ਕੋਲ ਆਇਆ ਹੈ ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ ਹੁਣ ਦੇ ਕਿਉਂ ਜੋ ਸਾਨੂੰ ਯੋਗ ਹੈ ਜੋ ਸਾਰੇ ਧਰਮ ਨੂੰ ਇਸੇ ਤਰ੍ਹਾਂ ਪੂਰਾ ਕਰੀਏ ਤਾਂ ਉਸ ਨੇ ਹੋਣ ਦਿੱਤਾ ਅਤੇ ਜਾਂ ਯਿਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ ਆਕਾਸ਼ ਉਹਦੇ ਲਈ ਖੁੱਲ੍ਹ ਗਿਆ ਅਤੇ ਉਹਨੇ ਪਰਮੇਸ਼ਰ ਦਾ ਆਤਮਾ
ਕਬੂਤਰ ਵਾਂਜੂ ਉਤਰਦਾ ਅਤੇ ਆਪਣੇ ਉੱਤੇ ਆਉਂਦਾ ਡਿੱਠਾ। ਅਰ ਵੇਖੋ ਇੱਕ ਸਵਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ। ਆਮੇਨ। ਬਹੁਤ 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 ਆਮੇਨ। ਆਮੇਨ। ਸੇ ਆਮੇਨ। ਬਹੁਤ ਆਮੇਨ। ਆਮੇਨ। ਓ ਸੇ ਲਾਉਡੀ ਆਮੇਨ। ਆਮੇਨ। ਅੰਕੋਰਾ ਆਮੇਨ। 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 As it is written, ਜਿਸ ਤਰ੍ਹਾਂ ਲਿਖਿਆ ਹੋਇਆ ਹੈ, he said indeed baptize you with water into repentance, but he that cometh after me is mightier than I, whose shoe I am not worthy to bear. He shall baptize you with Holy Ghost and with power. Holy Ghost and with fire. ਕਹਿੰਦਾ ਜਿਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਯੂਨਾ ਬਪਤਿਸਮਾ ਦੇਣ ਵਾਲਾ ਇੱਥੇ ਬੋਲਦਾ ਪਿਆ, ਕਹਿੰਦਾ ਕਿ ਜਿਸ ਤਰ੍ਹਾਂ ਲਿਖਿਆ ਹੋਇਆ ਮੈਂ ਤਾਂ ਤੁਹਾਨੂੰ ਪਛਤਾਪ ਦਾ ਬਪਤਿਸਮਾ ਦੇਣਾ, ਪਰ ਮੇਰੇ ਤੋਂ ਜਿਹੜਾ ਪਿੱਛੇ ਆਉਂਦਾ ਹੈ ਉਹ ਤੁਹਾਨੂੰ ਅੱਗ ਅਤੇ ਪਵਿੱਤਰ ਆਤਮਾ ਦਾ ਬਪਤਿਸਮਾ ਦੇਵੇਗਾ। ਆਮੇਨ। Today we are coming to baptize you with water. ਅੱਜ ਅਸੀਂ ਤੁਹਾਨੂੰ ਪਾਣੀ ਦੇ ਨਾਲ ਬਪਤਿਸਮਾ ਦੇਣ ਦੇ ਲਈ ਜਾ ਰਹੇ ਹਾਂ। Usher you into repentance. ਔਰ ਪਛਤਾਪ ਦਾ। But the one who is coming to baptize you, par ek jehda aayega tuhanu baptisma den de layi, he will baptize you with Holy Ghost and with fire. Oh tuhanu baptisma devega agg de naal ate pavitra atma de naal. From today, aaj to the power of God will be your portion. Parmeshwar di shakti tuhade utte aayegi. Amen. You burn like a fire. ਤੁਸੀਂ ਅੱਗ ਦੀ ਨਾਈ ਹੋਵੋਗੇ। You burn like a fire. ਤੁਸੀਂ ਅੱਗ ਦੀ ਨਾਈ ਹੋਵੋਗੇ। God has a crest in you, the hope of glory. ਪਰ ਤੁਹਾਡੇ ਵਿੱਚ ਇੱਕ ਆਸ਼ਾ ਦੀ ਕਿਰਨ ਜਾਗੇ। And if Christ is in you, ਜੇ ਪ੍ਰਭੂ ਯਿਸੂ ਸੀ ਤੁਹਾਡੇ ਵਿੱਚ, who can be against you? ਤੁਹਾਡੇ ਸਾਹਮਣੇ ਕੋਈ ਵੀ ਚੀਜ਼ ਨਹੀਂ ਖੜ ਸਕਦੀ। So after here, the hope of God is coming to baptize you with Holy Ghost and with fire. ਇਸ ਤੋਂ ਬਾਅਦ ਪਰਮੇਸ਼ਵਰ ਖੁਦ ਤੁਹਾਨੂੰ ਆਏਗਾ, ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦੇਵੇਗਾ। The Bible says, ਪਵਿੱਤਰ ਆਤਮਾ ਪ੍ਰਭੂ ਦਾ ਵਚਨ ਦੱਸਦਾ ਆ, After Jesus being baptized, ਜਦੋਂ ਪ੍ਰਭੂ ਯਿਸੂ ਮਸੀਹ ਨੇ ਬਪਤਿਸਮਾ ਲੈ ਲਿਆ, The heavens opened. ਸਵਰਗ ਖੁੱਲ ਗਿਆ। Today I declare unto you, ਮੈਂ ਅੱਜ ਇਹ ਡਿਕਲੇਅਰ ਕਰਦਾ ਆ, After this baptism, ਇਹ ਬਪਤਿਸਮਾ ਤੋਂ ਬਾਅਦ, The heavens will open for you. And anything pertaining the kingdom, everything pertaining the kingdom, everything is in heaven. Sara kuch swarg de vich is your portion. Aur twaade layi ho jayega. It's yours. Aur twaada ho jayega. And the dew of heavens, jehdi trail swarg di trail aa, what comes upon you, aur twaade utte aayegi. And you will be flourish. Aur tusi ਆਨੰਦ ਹੋ ਜਾਓਗੇ। Like a tree planted in the river side. ਜਿਸ ਤਰ੍ਹਾਂ ਆਨੰਦ ਹੋ ਜਾਵੋਗੇ, ਜਿਸ ਤਰ੍ਹਾਂ ਇੱਕ ਦਰਖਤ ਨਦੀ ਦੇ ਕਿਨਾਰੇ ਲਾਇਆ ਗਿਆ, ਉਹਨੂੰ ਪਾਣੀ ਮਿਲਦਾ ਫਲਦਾ ਆ। Not only that, ਸਿਰਫ ਇਹੀ ਨਹੀਂ, the Bible says, ਵਚਨ ਦੱਸਦਾ ਆ, they came with a voice, ਉਹ ਆਵਾਜ਼ ਦੇ ਨਾਲ ਆਏ, from today, ਅੱਜ ਤੋਂ, after being baptized, ਜਦੋਂ ਤੁਸੀਂ ਬਪਤਿਸਮਾ ਲੈ ਲੋਗੇ, you hear the voice of God, ਤੁਸੀਂ ਪਵਿੱਤਰ ਆਤਮਾ ਦੀ, ਪ੍ਰਭੂ ਯਿਸੂ ਮਸੀਹ ਦੀ ਆਵਾਜ਼ ਨੂੰ ਸੁਣੋਗੇ। ਆਮੇਨ। Whenever God speaks, ਜਦੋਂ ਵੀ ਪਰਮੇਸ਼ਰ ਬੋਲਦੇ ਨੇ, you hear, ਤੁਸੀਂ ਸੁਣੋਗੇ, you hear, ਤੁਸੀਂ ਸੁਣੋਗੇ। Hallelujah, hallelujah. Not only that, ਸਿਰਫ ਇਹ ਹੀ ਨਹੀਂ, it is the fulfillment of righteousness, ਇਹ ਧਾਰਮਿਕਤਾ ਦੀ ਪੂਰਨਤਾ ਆ। From today, ਅੱਜ ਤੋਂ, everything, ਹਰ ਇੱਕ ਚੀਜ਼, that has been entangled you, ਜਿਹੜੀ ਤੁਹਾਨੂੰ ਚੀਜ਼ ਰੋਕਦੀ ਆ, because of the fulfillment of righteousness, ਜਿਹੜੀ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਤੋਂ ਪੂਰਾ ਕਰਨ ਦੀ ਕੋਈ ਵੀ ਚੀਜ਼ ਤੁਹਾਨੂੰ ਰੋਕਦੀ ਆ, you set free, ਤੁਸੀਂ ਉਸ ਤੋਂ ਆਜ਼ਾਦ ਹੋ ਜਾਓਗੇ, you will be cleansed, ਤੁਸੀਂ ਸਾਫ ਹੋ ਜਾਓਗੇ, the old things will pass away, ਤੁਸੀਂ ਤੁਹਾਡੀਆਂ ਸਾਰੀਆਂ ਪੁਰਾਣੀਆਂ ਚੀਜ਼ਾਂ ਚਲੀਆਂ ਜਾਣਗੀਆਂ, because the Bible says, ਕਿਉਂਕਿ ਵਚਨ ਦੱਸਦਾ, in 2 Corinthians chapter 5, ਦੂਸਰਾ ਕੋਰਿੰਥੀਆਂ 5 ਬਾਬ verse 17, ਉਹਦੀ 17 ਵਿੱਚ ਲਿਖਿਆ, it says, thou therefore, ਅੱਜ ਤੋਂ, thou therefore, ਹੁਣ ਤੋਂ, if a man be in Christ, ਹੁਣ ਤੋਂ ਅਗਰ ਕੋਈ ਯਿਸੂ ਮਸੀਹ ਦੇ ਵਿੱਚ ਹੈ, he is a new creature, ਉਹ ਨਵੀਂ ਸ੍ਰਿਸ਼ਟੀ ਆ, the old thing has passed away, ਕਿਉਂਕਿ ਪੁਰਾਣੀਆਂ ਗੱਲਾਂ ਸਾਰੀਆਂ ਬੀਤ ਗਈਆਂ, behold, ਹੁਣ ਤਕੜੇ ਹੋ ਜਾਓ, everything has become new, ਤਕੜੇ ਹੋ ਜਾਓ, ਕਿਉਂਕਿ ਹਰ ਇੱਕ ਚੀਜ਼ ਨਵੀਂ ਬਣ ਗਈ ਤੁਹਾਡੇ ਦੇ, ਦੇਖੋ 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 ਦੇ ਨਾਲ,
ਹਾਲੇਲੂਯਾ ਕਸੀ ਅਸ ਬੈਕ ਹੋ ਅੱਜ ਦੇਖੋ ਆਪਣੀਆਂ ਅੱਖਾਂ ਦੇ ਨਾਲ ਸਾਰੀਆਂ ਪੁਰਾਣੀਆਂ ਚੀਜ਼ਾਂ ਚਲੀਆਂ ਗਈਆਂ ਆਮੇਨ 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 ਗੋਡ ਵਿਲ ਲਵ ਯੂ ਪਰਮੇਸ਼ਰ ਤੁਹਾਨੂੰ ਪਿਆਰ ਕਰੇਗਾ ਆਮੇਨ ਆਸ ਫਰਮ ਟੂਡੇ ਮੈਂ ਇਹ ਗੱਲ ਕਹਿਣਾ ਅੱਜ ਤੋਂ ਗੋਡ ਵਿਲ ਲਵ ਯੂ ਪਰਮੇਸ਼ਰ ਤੁਹਾਨੂੰ ਪਿਆਰ ਕਰੇਗਾ ਹੀ ਸੇਡ ਆਈ ਐਮ ਵੈਲ ਪਲੀਜ਼ ਕਹਿੰਦਾ ਮੈਂ ਪਰਮੇਸ਼ਰ ਕਹਿੰਦਾ ਮੈਂ ਬਹੁਤ ਖੁਸ਼ ਹੋਇਆ ਗੋਡ ਵਿਲ ਲਵ ਯੂ ਪਰਮੇਸ਼ਰ ਪਿਆਰ ਕਰੇਗਾ ਐਂਡ ਸੈਲਸ ਯੂ ਔਰ ਤੁਹਾਨੂੰ ਆਪਣੀ ਖੋਜ ਚ ਲਵੇਗਾ If your father is a billionaire, ये तो आधा पिता अमीर है, अमीर या rich, rich बना। अगर तो आधा पिता अमीर या everything that he has, ओ तो आधा सब कुछ होते को ले या is yours, ओ तो आधा या। So if, amen, amen. So if God is pleased you, अगर परमेश्वर तो आधा खुश कर दा या it means that everything that God has is yours. इसका मतलब ये कि जो परमेश्वर दाओ तो आधा या ਪਰਮੇਸ਼ਰ ਤੁਹਾਨੂੰ ਪਿਆਰ ਕਰੇਗਾ ਅਸਰ ਫਰਮ ਟੂਡੇ ਮੈਂ ਇਹ ਗੱਲ ਕਹਿਣਾ ਅੱਜ ਤੋਂ ਗੋਡ ਵਿਲ ਲਵ ਯੂ ਪਰਮੇਸ਼ਰ ਤੁਹਾਨੂੰ ਪਿਆਰ ਕਰੇਗਾ ਹੀ ਸੇਡ ਆਈ ਐਮ ਵੈਲ ਪਲੀਜ਼ ਕਹਿੰਦਾ ਮੈਂ ਪਰਮੇਸ਼ਰ ਕਹਿੰਦਾ ਮੈਂ ਬਹੁਤ ਖੁਸ਼ ਹੋਇਆ ਗੋਡ ਵਿਲ ਲਵ ਯੂ ਪਰਮੇਸ਼ਰ ਪਿਆਰ ਕਰੇਗਾ ਐਂਡ ਸੈਲਸ ਯੂ ਔਰ ਤੁਹਾਨੂੰ ਆਪਣੀ ਖੋਜ ਲਵੇਗਾ ਇਫ ਯੂਰ ਫਾਦਰ ਇਜ਼ ਅ ਬਿਲੀਅਨਰ ਜੇ ਤੁਹਾਡਾ ਪਿਤਾ ਅਮੀਰ ਹੈ ਅਮੀਰ ਹੈ rich rich ਬਣਾ ਅਗਰ ਤੁਹਾਡਾ ਪਿਤਾ ਅਮੀਰ ਆ everything that he has ਉਹ ਤੁਹਾਨੂੰ ਸਭ ਕੁਝ ਉਹਦੇ ਕੋਲ ਆ is yours ਉਹ ਤੁਹਾਡਾ ਆ so if amen amen so if god is pleased you ਅਗਰ ਪਰਮੇਸ਼ਵਰ ਤੁਹਾਨੂੰ ਖੁਸ਼ ਕਰਦਾ ਆ it means that everything that god has is yours ਇਸ ਦਾ ਮਤਲਬ ਇਹ ਕਿ ਜੋ ਪਰਮੇਸ਼ਵਰ ਦਾ ਉਹ ਤੁਹਾਡਾ ਆ hallelujah hallelujah ਨੂੰ ਮਸਾਨ ਕਰਿਓ ਨਵੀਂ ਜ਼ਿੰਦਗੀ ਨਾਮਾ ਮੇ ਬਣ ਜਾਵਾ ਸੂਜੀ ਮੈਨੂੰ ਮਸਾ ਕਰਿਓ ਨਵੀਂ ਜ਼ਿੰਦਗੀ ਨਾਮਾ ਮੈਂ ਬਣ ਜਾਵਾਂ ਯੇ ਸੂਜੀ ਮੈਨੂੰ ਮਸਾ ਕਰਿਓ ਪੁਰਾਣੀ ਇਨਸਾਨੀਅਤ ਲਾ ਕੇ ਸੁਟਾਏ ਸੂਜੀ ਪੁਰਾਣੀ ਇਨਸਾਨੀਅਤ ਲਾ ਕੇ ਸੁਟਾਏ ਸੂਜੀ ਬੁਰੇ ਕਮਾਂ ਨੂੰ ਛੱਡ ਕੇ ਨੀ ਮੈਂ ਸੱਚੇ ਮਾਰਗ ਜਾਵਾਂ ਬੁਰੇ ਕਮਾਂ ਨੂੰ ਛੱਡ ਕੇ ਨੀ ਮੈਂ ਸੱਚੇ ਮਾਰਗ ਜਾਵਾਂ ਪੁਰਾਣੀ ਜ਼ਿੰਦਗੀ ਨਵਾਂ ਮੈਂ ਬਣ ਜਾਵਾਂ ਯੇਸੂ ਜੀ ਮੈਨੂੰ ਮਸਾ ਕਰਿਓ ਨਵੀਂ ਜ਼ਿੰਦਗੀ ਯੇਸੂ ਜੀ ਮੈਨੂੰ ਮਸਾ ਕਰਿਓ ਬੱਚੀ ਇਤਨਾ ਮੈਂ ਨਾ ਬਣ ਜਾਵਾਂ ਯੇਸੂ ਜੀ ਮੈਨੂੰ ਮਸਾ ਕਰਿਓ ਨਵੀਂ ਜ਼ਿੰਦਗੀ ਨਾਮਾ ਮੈਂ ਬਣ ਜਾਵਾਂ ਯੇਸੂ ਜੀ ਮੈਨੂੰ ਮਸਾ ਕਰਿਓ ਹਾਲੇਲੂਯਾ ਮੈਨੂੰ ਮਸਾ ਕਰਿਓ ਪੁਰਾਣੀ ਇਨਸਾਨੀਅਤ ਲਾ ਕੇ ਸੁਟਾਏ ਸੂਜੀ 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 ਬੁਰੇ ਕਮਾਂ ਨੂੰ ਛੱਡ ਕੇ ਨੀ ਮੈਂ ਸੱਚੇ ਮਾਰਗ ਜਾਵਾਂ ਬੁਰੇ ਕਮਾਂ ਨੂੰ ਨੀ ਮੈਂ ਸੱਚੇ ਮਾਰਗ ਜਾਵਾਂ ਜ਼ਿੰਦਗੀ ਨਵਾਂ ਮੈਂ ਬਣ ਜਾਵਾਂ ਯੇਸੂ ਜੀ ਮੈਨੂੰ ਮਸਾ ਕਰਿਓ ਨਵੀਂ ਜ਼ਿੰਦਗੀ ਨਵਾਂ ਮੈਂ ਬਣ ਜਾਵਾਂ ਯੇਸੂ ਜੀ ਮੈਨੂੰ ਮਸਾ ਕਰਿਓ ਬੱਚੀ ਇਤਨਾ ਮੈਂ ਨਾ ਬਣ ਜਾਵਾਂ
ਜੀ ਮੈਨੂੰ ਮਸਾ ਕਰਿਓ ਹਾਲੇਲੂਇਆ 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 ਜਾ ਬੰਦ ਯੇਸ਼ੂ ਸਾਹਮਣੇ ਹੋ ਜਾ ਬੰਦ ਯੇਸ਼ੂ ਸਾਹਮਣੇ ਹੋ
ਅਸੀਂ ਤੇਰੇ ਸਾਰਾ ਸਮਾਂ ਤੇਰੇ ਹੱਥਾਂ 'ਚ ਸੌਂਪਦੇ ਨੇ ਪ੍ਰਭੂ ਜੀ। ਆਉਣ ਵਾਲਾ ਸਮਾਂ ਪ੍ਰਭੂ ਜੀ ਭਲਾ ਹੋਵੇ, ਕੋਈ ਵੀ ਸ਼ੈਤਾਨ ਦੀ ਤਾਕਤ, ਇਨਸਾਨੀ ਤਾਕਤ ਕੰਮ ਨਾ ਕਰ ਸਕੇ ਪਿਤਾ ਪਰਮੇਸ਼ਰ। ਹਰ ਇੱਕ ਬੱਚੇ ਨੂੰ ਪਿਤਾ ਪਰਮੇਸ਼ਰ ਆਪਣੇ ਪੈਚ ਚਲਾਉਣਾ ਪਿਤਾ ਪਰਮੇਸ਼ਰ। ਤੇਰੇ ਨਾਮ ਨੂੰ ਜਲਾਲ, ਤੇਰੇ ਨਾਮ ਨੂੰ ਮਹਿਮਾ ਮਿਲੇ। ਰਹਿੰਦਾ ਸਮਾਂ ਤੇਰੇ ਹੱਥਾਂ 'ਚ ਸੌਂਪਦੇ ਨੇ ਪ੍ਰਭੂ ਜੀ। ਕਿਰਪਾ ਕਰੋ, ਮੰਗਦੇ ਤੇਰੇ ਬੇਟੇ ਸਾਡੇ ਉਦਾਰ ਕਰਤਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ। ਆਮੇਨ। ਪ੍ਰਭੂ ਜੀ ਆਪਣੀ ਮਰਜ਼ੀ ਨੂੰ ਪੂਰਾ ਕਰੋ ਪਿਤਾ ਪਰਮੇਸ਼ਰ। ਕਿਸੇ ਇਨਸਾਨ ਦੀ ਮਰਜ਼ੀ ਨਹੀਂ, ਬਲਕਿ ਪ੍ਰਭੂ ਤੇਰੀ ਮਰਜ਼ੀ ਸਾਡੇ ਜੀਵਨਾਂ 'ਚ ਪੂਰੀ ਹੋਵੇ ਪਿਤਾ ਪਰਮੇਸ਼ਰ। ਜਿੰਨੇ ਜਣੇ ਪਿਤਾ ਪਰਮੇਸ਼ਰ ਅੱਜ ਬੈਪਟਿਜ਼ਮ ਲੈਣ ਦੇ ਲਈ ਜਾ ਰਹੇ ਨੇ ਪਿਤਾ ਪਰਮੇਸ਼ਰ, ਉਹਨੇ ਦੇ ਪ੍ਰਭੂ ਜੀ ਆਪਣਾ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਉਂਡੇਲ ਦੇਣਾ ਪਿਤਾ ਪਰਮੇਸ਼ਰ, ਔਰ ਆਪਣੀ ਪੁਰਾਣੀ ਜ਼ਿੰਦਗੀ ਛੱਡ ਕੇ ਪਿਤਾ ਪਰਮੇਸ਼ਰ ਨਵੀਂ ਜ਼ਿੰਦਗੀ ਹਾਸਲ ਕਰਨ ਪਿਤਾ ਪਰਮੇਸ਼ਰ, ਜਿਹੜੀ ਪ੍ਰਭੂ ਯੇਸ਼ੂ ਮਸੀਹ ਨੇ ਬਣਾਇਆ ਪਿਤਾ ਪਰਮੇਸ਼ਰ। ਉਹਨੇ ਦੇ ਪਿਤਾ ਪਰਮੇਸ਼ਰ ਅਸੀਂ ਤੇਰੇ ਸਾਰਾ ਸਮਾਂ ਤੇਰੇ ਹੱਥਾਂ 'ਚ ਸੌਂਪਦੇ ਨੇ ਪ੍ਰਭੂ ਜੀ। ਆਉਣ ਵਾਲਾ ਸਮਾਂ ਪ੍ਰਭੂ ਜੀ ਭਲਾ ਹੋਵੇ, ਕੋਈ ਵੀ ਸ਼ੈਤਾਨ ਦੀ ਤਾਕਤ, ਇਨਸਾਨੀ ਤਾਕਤ
ਕੰਮ ਨਾ ਕਰ ਸਕੇ ਪਿਤਾ ਪਰਮੇਸ਼ਰ ਹਰ ਹਰ ਇੱਕ ਬੱਚੇ ਨੂੰ ਪਿਤਾ ਪਰਮੇਸ਼ਰ ਆਪਣੇ ਪੈਚ ਚਲਾਉਣਾ ਪਿਤਾ ਪਰਮੇਸ਼ਰ ਤੇਰੇ ਨਾਮ ਨੂੰ ਜਲਾਲ ਤੇਰੇ ਨਾਮ ਨੂੰ ਮਹਿਮਾ ਮਿਲੇ ਰਹਿੰਦਾ ਸਮਾਂ ਤੇਰੇ ਹੱਥਾਂ 'ਚ ਸੌਂਪਦੇ ਨੇ ਪ੍ਰਭੂ ਜੀ ਕਿਰਪਾ ਕਰੋ ਮੰਗਦੇ ਤੇਰੇ ਬੇਟੇ ਸਾਡੇ ਉਦਾਰ ਕਰਤਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆਮੇਨ लुका रचित सुसमाचार 11 अध्याय 12 वचन में प्रभु यीशु ने कहा, जब तुम बुरे होकर अपने बच्चों को अच्छी वस्तुएं देना जानते हो तो स्वर्गीय पिता अपने मांगने वालों को पवित्र आत्मा क्यों ना देगा। रचित सुसमाचार 11 अध्याय 28, 29 और 30 वचन में प्रभु यीशु ने कहा, हे सब परिश्रम करने वालों और बोझ से दबे हुए लोगों, मेरे पास आओ, मैं तुम्हें विश्राम दूंगा। मेरा जुआ अपने ऊपर उठा लो और मुझसे सीखो, क्योंकि मैं नम्र और मन में दीन हूं, और तुम अपने मनों में विश्राम पाओगे, क्योंकि मेरा जुआ सहज और मेरा बोझ हल्का है।
शाम तुझे सजदा करूं मैं सुबह शाम चाहता हूं यीशु अब्दी आराम चाहता हूं यीशु अब्दी आराम मेरे गुनाह यीशु माफ कर दे मेरा ज़मीर यीशु साफ कर दे मेरे गुनाह यीशु माफ कर दे मेरा ज़मीर यीशु साफ कर दे बिगड़े बना दे सारे काम बिगड़े बना दे सारे काम चाहता हूँ यीशु अब्दी आराम चाहता हूँ यीशु अब्दी आराम तुझे सजदा करूँ मैं सुबह शाम तुझे सजदा करूँ मैं सुबह शाम चाहता हूँ यीशु अब्दी आराम चाहता हूँ यीशु अब्दी आराम सजदा करूं मैं सुबह शाम चाहता हूं यीशु अब्दी आराम चाहता हूं यीशु अब्दी आराम यीशु का प्यार सारे जग से निराला है गुनाहों की राहों से मुझको निकाला है यीशु का प्यार सारे जग से निराला है गुनाहों की राहों से मुझको निकाला है कुवत वाला है यीशु नाम कुवत वाला यीशु नाम चाहता हूँ यीशु अब्दी आराम चाहता हूँ यीशु अब्दी आराम तुझे सजदा करूँ मैं सुबह शाम तुझे सजदा करूँ मैं सुबह शाम चाहता हूँ यीशु अब्दी आराम चाहता हूँ उस मर्जी अपनी जान दे के साडे लई तैयार कीती उस गुदाम का कारण उस जिंदगी गुदाम का नाले धन्यवाद शुक्र करना प्रभु जी शामिल हो चुके हैं प्रभु हम प्रभु जी ये बच्चे गुदाम का जो गुदाम थोड़े पवित्र नाम के गुदाम का उस इन्हों का गुदाम का जीवन है जड़ा इन्हों की जड़ा उस नदी के किनारे जो तुम खुद हो प्रभु जी हूँ प्रभु जी थोड़े पवित्र नाम के गुदाम का आने वाले समय से यह फल लैके आने थोड़ा नाम हमेशा जला कृपा करना रहम करना दया करना प्रभु जी इसे तरह थोड़े बदले जाना अपने आप घट जा प्रभु कृपा करो रहम करो दया करो आने वाला समा थोड़े सारे लिए भरा रहे प्रभु यीशु मसीह नाम की मानते हैं।
ਆਮੇਨ। ਜਦੋਂ ਸਾਡੇ ਆਪਣੇ ਕੰਨ ਖੁੱਲੇ, ਅਤੇ ਸਾਡੇ ਪੰਜਾਬੀ ਜਿਹੜੇ ਕੰਨ ਨੇ ਉਹ ਬੰਦ ਹੋਣ, ਪੰਜਾਬੀ ਕੰਨਾਂ ਦੇ ਸੋਚਣ ਜਾਂ ਕਿਸੇ ਦੀ ਆਵਾਜ਼ ਨੂੰ ਨਹੀਂ ਸੁਣਦੇ, ਸਿਰਫ ਮੈਂਸ਼ਨ ਦੀ ਆਵਾਜ਼
Amen.
ਦੱਸਣਾ ਚਾਹੁੰਦਾ ਜਦੋਂ ਦਾ ਆਰਾਧਨਾ ਸ਼ੁਰੂ ਕੀਤੀ ਆ ਪਾਕ ਰੂਹ ਸਾਡੇ ਕੀ ਹੋ ਗਿਆ ਅੰਦਰ ਆ ਚੁੱਕਿਆ ਤੁਸੀਂ ਬੋਲ ਸਕਦੇ ਹੋ ਤੁਹਾਡੇ ਅੰਦਰ ਕੀ ਆ ਚੁੱਕਿਆ ਪਾਕ ਰੂਹ ਆ ਚੁੱਕਿਆ ਔਰ ਸਾਡੀ ਜਿਹੜੀ ਪਾਕ ਰੂਹ ਨੇ ਮਹਿਲ ਏ ਪਾਪਾ ਦੀ ਮਹਿਲ ਏ ਉਹਨੇ ਕੀ ਕੀਤੀ ਏ ਲਾ ਦਿੱਤੀ ਏ ਹੁਣ ਕੀ ਆ ਅਸੀਂ ਕੀ ਆ ਆਜ਼ਾਦ ਆ ਪਰਮੇਸ਼ਰ ਦੇ ਵਚਨ ਚ ਲਿਖਿਆ ਜਿਹੜੇ ਆਜ਼ਾਦ ਨੇ ਉਹ ਆਜ਼ਾਦੀ ਨਾਲ ਕੀ ਕਰਨ ਉਹਦੀ ਕੀ ਕਰਨ ਆਰਾਧਨਾ ਕਰਨ ਮਹਿਮਾ ਕਰਨ ਔਰ ਪਰਮੇਸ਼ਰ ਦੀ ਹਜ਼ੂਰੀ ਚ ਕੀ ਆ ਆਜ਼ਾਦੀ ਆ ਦੇਰ ਇਜ਼ ਅ ਫਰੀਡਮ ਇਨ ਦ ਜੀਸਸ ਕ੍ਰਾਈਸਟ ਪਰਮੇਸ਼ਰ ਦੀ ਹਜ਼ੂਰੀ ਚ ਕੀ ਆ ਆਜ਼ਾਦੀ ਆ ਉਹ ਪਰਮੇਸ਼ਰ ਆਜ਼ਾਦੀ ਦਾ ਪਰਮੇਸ਼ਰ ਆ ਆਈਏ ਇਸ ਗੀਤ ਨੂੰ ਗਾ ਕੇ ਪਰਮੇਸ਼ਰ ਦੀ ਮਹਿਮਾ ਕਰਾਂਗੇ ਆਪਣੀ ਅੱਖਾਂ ਬੰਦ ਕਰ ਲਈਏ ਆਪਣੇ ਆਪ ਨੂੰ ਪਾਕ ਰੂਹ ਦੇ ਹਵਾਲੇ ਕਰ ਦਈਏ ਕਿਉਂਕਿ ਜਦੋਂ ਦੀ ਪਾਕ ਰੂਹ ਦੀ ਜਾਨ ਸਾਡੇ ਚ ਆ ਗਈ ਹੈ ਜਦੋਂ ਦਾ ਪਾਕ ਰੂਹ ਸਾਡੇ ਵਿੱਚ ਆ ਗਿਆ ਸਾਡੇ ਚ ਨਵੀਂ ਜਾਨ ਆ ਗਈ ਹੈ ਕਿਉਂਕਿ ਪਰਮੇਸ਼ਰ ਦੇ ਵਚਨ ਚ ਲਿਖਿਆ ਗ੍ਰੰਥੀਆਂ ਦਾ ਕੱਥ ਦੱਸਦਾ ਹੈ ਕਹਿੰਦਾ ਸਾਡੀ ਪੁਰਾਣੀ ਜ਼ਿੰਦਗੀ ਕੀ ਆ ਬਦਲ ਗਈ ਆ ਸਾਰਾ ਕੁਝ ਪਿੱਛੇ ਰਹਿ ਗਿਆ ਅਸੀਂ ਨਵੇਂ ਹੋ ਗਏ ਆ ਨਵੀਂ ਸ੍ਰਿਸ਼ਟੀ ਹੋ ਗਏ ਆ ਹਾਲੇਲੂਇਆ ਰੂਹ ਦੇ ਆਉਣ ਨਾਲ ਜਾਨ ਪੈ ਗਈ ਏ ਤੁਹਾਡੀ ਕਲੀ ਸਹੀ ਪਾਪਾਂ ਵਾਲੀ ਮੈਲ ਲੈ ਤੇਰੇ ਕਦਮਾਂ ਚ ਯਸੂ ਸਤਿ ਸ਼੍ਰੀ ਅਕਾਲ
ਪਿਆਰ ਵਾਲਾ ਜਾਮ ਚੁੱਕੋ ਚੱਕਿਆ ਜਦੋਂ ਤੱਕ ਪ੍ਰਭੂ ਯਿਸੂ ਮਸੀਹ ਦੇ ਨਾਮ ਵਾਲਾ ਜਾਮ ਚੱਕ ਲਿਆ ਉਹਦੇ ਪਿਆਰ ਦਾ ਉਹਦਾ ਪਿਆਰ ਕੋਈ ਨਹੀਂ ਬਿਆਨ ਕਰ ਸਕਦਾ ਅਨਕੰਡੀਸ਼ਨਲ ਜਿਹਦਾ ਕੋਈ ਮੁੱਲ ਨਹੀਂ ਆ ਉਹ ਪ੍ਰਭੂ ਯਿਸੂ ਮਸੀਹ ਨੇ ਸਾਡੇ ਜੀਵਨਾਂ ਦੇ ਵਿੱਚ ਆਪਣੇ ਪਿਆਰ ਵਿੱਚ ਕੀਤਾ ਦਰਸਾ ਦਿੱਤਾ ਇਸੇ ਕਰਕੇ ਸਰਕਾਰੀ ਨੇ ਲਿਖਿਆ ਤੇਰੇ ਪਿਆਰ ਵਾਲਾ ਜਾਮ ਮੇਰਾ ਯੂ ਤੂੰ ਜਲਾਲੀ ਮੇਰਾ ਯੂ ਤੂੰ ਜਲਾਲੀ
ਮੇਰਾ ਯਿਸੂ ਜਲਾਲੀ ਏ ਬਾਕੀ ਸਾਰੇ ਕਬਰਾਂ ਚ ਨੇ ਉਹਦੀ ਕਬਰ ਦੀ ਖਾਲੀ ਆ ਹਲੇਲੂਯਾ ਜਿਹੜੇ ਸਾਡੇ ਨਵੇਂ ਪ੍ਰਾਣ ਪ੍ਰਾਣੇ ਉਸ ਸੋਧੇ ਹੋਣਗੇ ਪਤਾ ਨਹੀਂ ਇਹਦਾ ਕੀ ਮਤਲਬ ਆ ਕਿੰਨੇ ਜਣੇ ਇੱਥੇ ਜੋ ਮੌਜੂਦ ਨੇ ਇਹ ਜਾਣਦੇ ਕਿ ਮੇਰੇ ਯਿਸੂ ਦੀ ਮੇਰੇ ਪ੍ਰਭੂ ਦੀ ਮੇਰੇ ਮੁਕਤੀਦਾਤਾ ਦੀ ਜਿਹੜੀ ਕਬਰ ਆ ਉਹ ਅੱਜ ਵੀ ਖਾਲੀ ਆ ਜਿਹੜਾ ਹੱਥ ਖੜਾ ਕਰੋ ਪਤਾ ਲੱਗੇ ਕਿੰਨੇ ਨੂੰ ਪਤਾ ਹੈ ਬਾਕੀ ਇਸ ਗੱਲ ਨੂੰ ਜਾਣਦੇ ਨੇ ਕਿ ਬਾਕੀ ਸਾਰੇ ਕਬਰਾਂ ਚ ਨੇ ਲੇਕਿਨ ਉਹਦੀ ਕਬਰ ਖਾਲੀ ਆ ਤੇ ਅਸੀਂ ਕੌਣ ਆ ਅਸੀਂ ਸਾਰੇ ਉਹਦੇ ਧੀਆਂ ਤੇ ਪੁੱਤਰ ਨੇ ਬਚਨ ਦੇ ਵਿੱਚ ਲਿਖਿਆ ਗਿਆ ਜਿੰਨੇ ਨੇ ਉਹਨੂੰ ਕਬੂਲ ਕੀਤਾ ਉਹਨਾਂ ਨੂੰ ਆਪਣੇ ਧੀਆਂ ਤੇ ਪੁੱਤਰ ਹੋਣ ਦਾ ਹੱਕ ਦਿੱਤਾ ਜੇ ਸਾਡੇ ਪਿਓ ਦੀ ਜਿਹੜੀ ਕਬਰ ਖਾਲੀ ਆ ਸਾਡੇ ਪਿਤਾ ਦੀ ਕਬਰ ਖਾਲੀ ਆ ਸਾਡੀ ਵੀ ਕਬਰ ਖਾਲੀ ਆ ਹਲੇਲੂਯਾ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਫੋਰ ਐਗਜ਼ਾਮਪਲ ਮੈਂ ਆਪਣੀ ਦਿੰਦਾ ਮੈਂ ਧੰਨਵਾਦ ਆ 5 ਸਾਲ ਪਹਿਲਾਂ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਮੇਰੀ ਜਿਹੜੀ ਕਬਰ ਸੀ ਉਹ ਇਤਿਹਾਸ ਸੀਗੀ ਪਰ ਅੱਜ ਉਹ ਕਬਰ ਖਾਲੀ ਆ ਹਲੇਲੂਯਾ ਕਿਉਂਕਿ ਮੇਰਾ ਯਿਸੂ ਜਲਾਲੀ ਆ ਹਲੇਲੂਯਾ ਹਲੇਲੂਯਾ ਇਸੇ ਤਰ੍ਹਾਂ ਇਸੇ ਧੰਨਵਾਦ ਦੇ ਨਾਲ ਅੱਗੇ ਵੱਧ ਜਾਵਾਂਗੇ ਰਸ਼ਨ ਫਿਰ ਜਿੰਨੇ ਅੱਜ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਮੰਨ ਕੇ ਕਬੂਲ ਕਰਨਗੇ ਉਹਨਾਂ ਦੀ ਕਬਰ ਹਮੇਸ਼ਾ ਖਾਲੀ ਰਹੂ ਹਲੇਲੂਯਾ 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 ਸਰੀਰਕ ਤੌਰ ਤੇ ਹਰ ਇੱਕ ਨੇ ਮਰ ਜਾਣਾ ਇਹਦਾ ਸੋਚੇ ਵੀ ਸਰੀਰਕ ਤੌਰ ਤੇ ਨਹੀਂ ਮਰਨਾ ਲੇਕਿਨ ਅਸੀਂ ਆਤਮਿਕ ਤੌਰ ਤੇ ਹਮੇਸ਼ਾ ਜਿੰਦੇ ਰਹਾਂਗੇ ਹਲੇਲੂਯਾ ਮੌਤ ਸਾਡਾ ਕੁਝ ਵੀ ਨਹੀਂ ਬਿਗਾੜ ਸਕਦੀ ਹੈਗੀ ਜਦੋਂ ਸਾਡੇ ਪਿਓ ਦਾ ਵਿਗਾੜ ਸਕਦੇ ਸਾਡਾ ਕਿੱਥੇ ਵਿਗਾੜ ਸਕਦੇ ਹਲੇਲੂਯਾ ਹਲੇਲੂਯਾ ਇਸੇ ਤਰ੍ਹਾਂ ਅਸੀਂ ਅੱਗੇ ਵਧਾਂਗੇ ਬਖਸ਼ ਦੇ ਨਾਲ ਸਾਡਾ ਛੋਟਾ ਜਿਹਾ ਬੱਚਾ ਹੈ ਖੁਦਾ ਨੇ ਉਹਨੂੰ ਬਹੁਤ ਹੀ ਵਧੀਆ ਆਵਾਜ਼ ਦਿੱਤੀ ਆ ਅਤੇ ਅਸੀਂ ਉਹਦੇ ਨਾਲ ਮਿਲ ਕੇ ਅੱਗੇ ਬਖਸ਼ ਦੇ ਵਜਵਾਵਾਂਗੇ ਇੰਝ Thank you.
ਵਾਰ ਤੋਂ ਪਹਿਲਾਂ ਅਸੀਂ ਗਵਾਹੀਆਂ ਲਵਾਂਗੇ ਜਿਹਨੇ ਮੇਰੇ ਭੈਣ ਭਰਾਵਾਂ ਨੇ ਹੱਥ ਖੜੇ ਕੀਤਾ ਕਿ ਮੈਂ ਚਾਹਾਂਗਾ ਬਹੁਤ ਘੱਟ ਸਮੇਂ ਦੇ ਵਿੱਚ ਉਹ ਆਪਣੀ ਗਵਾਹੀ ਨੂੰ ਜ਼ਰੂਰ ਸ਼ੇਅਰ ਕਰਨ, ਜਿੱਦਾਂ ਮੈਂ ਆਪਣੀ ਗਵਾਹੀ ਨੂੰ ਸ਼ੇਅਰ ਕੀਤਾ ਉਸੇ ਤਰ੍ਹਾਂ ਉਹ ਵੀ ਹਰ ਇੱਕ ਜਣ ਆਪਣੀ ਗਵਾਹੀ ਨੂੰ ਸ਼ੇਅਰ ਕਰੇ ਤਾਂ ਕਿ ਹਰ ਇੱਕ ਜਣ ਜਾਣੇ ਕਿ ਵਾਕਈ ਪਰਮੇਸ਼ਰ ਦਾ ਜਿਹੜਾ ਹੱਥ ਆ ਉਹ ਵਾਕਈ ਸਾਨੂੰ ਗੁਨਾਹ ਚੋਂ ਕੱਢਦਾ, ਉਹ ਹੱਥ ਇੰਨਾ ਛੋਟਾ ਨਹੀਂ ਹੈਗਾ ਕਿ ਤੁਹਾਨੂੰ ਬਚਾ ਨਾ ਸਕੇ। ਹਾਲੇਲੂਇਆ। ਤੇ ਮੈਂ ਚਾਹਾਂਗਾ ਜੋ ਵੀ ਤੁਹਾਡੇ ਚੋਂ ਪਹਿਲਾਂ ਮੇਰੀ ਗਵਾਹੀ ਹੈ ਕਿ ਬਹੁਤ ਦੇਰ ਤੋਂ ਮੇਰੇ ਲੱਤ ਵਿੱਚ ਦਰਦ ਹੁੰਦੀ ਸੀਗੀ, ਮੇਰੇ ਡਿਸਕ ਦੀ ਪ੍ਰੋਬਲਮ ਸੀਗੀ ਅਤੇ ਮੈਂ ਚੱਲ ਫਿਰ ਨਹੀਂ ਸਕਦਾ, ਮੈਨੂੰ ਘਰ ਤੋਂ ਦੁਕਾਨ 'ਤੇ ਜਾਣਾ ਵੀ ਮੇਰਾ ਬਹੁਤ ਮੁਸ਼ਕਲ ਹੁੰਦਾ ਸੀ, ਮੈਨੂੰ ਯਾਨੀ ਬਹੁਤ ਔਖਾ ਲੱਗਦਾ ਹੁੰਦਾ ਸੀ ਮੈਂ ਘਰ ਦੁਕਾਨ ਤੱਕ ਪਹੁੰਚਣ ਵਾਸਤੇ, ਅਤੇ ਪਰਮੇਸ਼ੁਰ ਦੀ ਕਿਰਪਾ ਹੋਈ ਸਹੀਦੇ ਦੀਆਂ ਜਿਸ ਤਰ੍ਹਾਂ ਅਸੀਂ ਪਰਮੇਸ਼ੁਰ ਨੂੰ ਜਾਣਿਆ ਅਤੇ ਜਿਸ ਤਰ੍ਹਾਂ ਹੀ ਪਰਮੇਸ਼ੁਰ ਦੇ ਨੇੜੇ ਆਉਂਦੇ ਗਏ ਪਰਮੇਸ਼ੁਰ ਨੇ ਦਇਆ ਕਿਰਪਾ ਕੀਤੀ, ਅਤੇ ਪਹਿਲਾਂ ਦੁਕਾਨ ਹੁੰਦੀ ਸੀ ਅਤੇ ਦੁਕਾਨ ਦਾ ਕਰਕੇ ਸਾਡੇ ਕੋਲ ਕਿਤੇ ਜਾ ਵੀ ਨਹੀਂ ਸੀ ਹੁੰਦਾ, ਐਤਵਾਰ ਨੂੰ ਵੀ ਬੰਦਗੀ ਵਿੱਚ ਨਹੀਂ ਸੀ ਆਉਂਦਾ, ਲਾਲਚ ਹੁੰਦਾ ਸੀ ਬੰਦੇ, ਅਤੇ ਕੋਈ ਪਰਮੇਸ਼ੁਰ ਦੀ ਕਿਰਪਾ ਇਹੋ ਜਿਹੀ ਹੋਈ ਕਿ ਦੁਕਾਨ ਵੀ ਬੰਦ ਕੀਤੀ, ਬੰਦ ਹੋ ਗਈ, ਬੰਦ ਕਰਨੀ ਪਈ। ਉਸ ਤੋਂ ਬਾਅਦ ਜਦੋਂ ਤੋਂ ਮੈਂ ਚਰਚ ਵਿੱਚ ਆਉਣਾ ਸ਼ੁਰੂ ਕੀਤਾ ਹਰ ਸੰਡੇ ਨੂੰ ਅਤੇ ਪਰਮੇਸ਼ੁਰ ਦੀਆਂ ਬਰਕਤਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ, ਮੇਰੀ ਲੱਤ ਵੀ ਠੀਕ ਹੋ ਗਈ ਅਤੇ ਹੁਣ ਮੈਂ ਚੱਲ ਫਿਰ ਵੀ ਸਹੀ ਤਰੀਕੇ ਨਾਲ ਸਕਦਾ ਅਤੇ ਪਰਮੇਸ਼ੁਰ ਦਾ ਧੰਨਵਾਦ ਆ। ਬਾਕੀ ਕੰਮ ਕਾਜ ਵੀ ਵਧੀਆ ਚੱਲੀ ਜਾਂਦਾ, ਰੋਟੀ ਪਾਣੀ ਬਹੁਤ ਸੋਹਣਾ ਚੱਲੀ ਜਾਂਦਾ, ਬੇਸ਼ੱਕ ਦੁਕਾਨ ਬੰਦ ਵੀ ਹੋ ਗਈ ਆ ਫਿਰ ਵੀ ਕੋਈ ਪ੍ਰੋਬਲਮ ਨਹੀਂ ਆਈ। ਦੱਸਣਾ ਚਾਹੁੰਦਾ ਤੁਹਾਨੂੰ ਕਿ ਜਿਸ ਤਰ੍ਹਾਂ ਮੈਂ ਸੀ ਪ੍ਰਦੈਸ਼ਨ ਕੈਥਲਿਕ ਸੀਗਾ, ਮਸੀਹ ਨੂੰ ਮੰਨਣ ਵਾਲਾ ਸੀਗਾ, ਪਰ ਮੈਨੂੰ ਸਹੀ ਤਰ੍ਹਾਂ ਜਿੱਦਾਂ ਖੁਦਾ ਦੇ ਵਿੱਚ ਚੱਲਣ ਦੀ ਨਹੀਂ ਸੀ ਪਤਾ ਅਜੇ ਤੱਕ ਮੈਨੂੰ। ਮੇਰਾ ਜਨਮ ਵੀ ਮੇਰੇ ਬੱਚਿਆਂ ਦਾ ਸਾਰਾ ਕੁਛ, ਸਾਡਾ ਬਾਬੇ ਦਾਦੇ ਵੀ ਸਾਡੇ ਕ੍ਰਿਸਚਨ ਸੀਗੇ, ਪਰ ਅਸੀਂ ਸਭ ਤੋਂ ਪਹਿਲਾਂ ਮੈਂ ਉਦਾਪੁਰ ਦੇ ਵਿੱਚ ਮੇਰੀ ਦੁਕਾਨ ਸੀ ਅਤੇ ਇੱਕ ਗੁਆਚੀ ਹੋਈ ਭੇਡ ਨੂੰ ਮੈਂ ਤੁਰਿਆ ਫਿਰਦਾ ਸੀਗਾ, ਜਿੱਦਾਂ ਖੁਦਾ ਦੀ ਗੁਆਚੀ ਹੋਈ ਭੇਡ ਹੈ ਉਸ ਤਰ੍ਹਾਂ ਤੁਰਿਆ ਫਿਰਦਾ ਸੀ, ਅਤੇ ਪਾਸਟਰ ਆਪਣੇ ਪ੍ਰਦੀਪ ਜੀ ਅਤੇ ਐਡਰ ਮਤੀ ਸਾਹਿਬ ਜੀ ਹੁਣ ਜਦੋਂ ਵੀ ਮੇਰੀ ਦੁਕਾਨ ਦੇ ਸਾਹਮਣੇ ਉਹਦੇ ਲੰਘਦੇ ਹੁੰਦੇ ਸੀ ਅਤੇ ਮੈਨੂੰ ਦੇਖਦੇ ਹੁੰਦੇ ਸੀ, ਇਹ ਆਪਸ ਵਿੱਚ ਸਲਾਹ ਕਰਦੇ ਹੁੰਦੇ ਸੀਗੇ ਕਿ ਯਾਰ ਬੰਦਾ ਆਪਣਾ ਕ੍ਰਿਸਚਨ ਲੱਗਦਾ ਪਰ ਇਹ ਬੜਾ ਭੁੱਲਿਆ ਫਿਰਦਾ ਰਹਿੰਦਾ, ਬੜਾ ਉਦਾਸ ਜਿਹਾ ਰਹਿੰਦਾ। ਇੱਕ ਦਿਨ ਮਾਸਟਰ ਪ੍ਰਦੀਪ ਉਹਨਾਂ ਨੇ ਮੈਨੂੰ ਰਿਜੋ ਦੇ ਵਿੱਚ ਅਸੀਂ ਮਿਲੇ ਹਾਂ, ਮਿਲ ਕੇ ਇਹਨਾਂ ਨੇ ਖੁਦਾ ਦੇ ਅੰਦਰ ਕਿਤੇ ਮੈਨੂੰ ਦੱਸਿਆ ਕਿ ਮੈਂ ਕਿ ਕੌਣ ਕ੍ਰਿਸਚਨ ਹੈ, ਤਾਂ ਉਸ ਦਿਨ ਤੋਂ ਬਾਅਦ ਆਪਣੇ ਹੈਦਰ ਮਤੀ ਸਾਹਿਬ ਉਹਨਾਂ ਨੇ ਅਤੇ ਪਾਸਟਰ ਜੀ ਉਹਨਾਂ ਨੇ ਮੈਨੂੰ ਮਤਲਬ ਐਦਾਂ ਦੇ ਵਿੱਚੋਂ ਕੁਛ ਦੱਸਿਆ, ਫਿਰ ਉਸੇ ਦਿਨ ਇਹਨਾਂ ਨੇ ਵਿਜ਼ਿਟ ਕੀਤਾ ਮੇਰੇ ਕੋਲ ਦੁਕਾਨ 'ਤੇ ਅਤੇ ਇਹਨਾਂ ਨੇ ਮੈਨੂੰ ਸਮਝਾਇਆ ਸਾਰੀ ਗੱਲਬਾਤ, ਅਤੇ ਪਤਾ ਨਹੀਂ ਕੀ ਗੱਲ ਮੈਨੂੰ ਇਹਨਾਂ ਨੂੰ ਮਿਲਣ ਤੋਂ ਬਾਅਦ ਇੱਦਾਂ ਮਹਿਸੂਸ ਹੋਇਆ ਮੇਰੇ ਮਨ ਮੇਰੇ ਵਿੱਚ ਚੇਂਜ ਆ ਗਈ, ਬਹੁਤ ਜ਼ਿਆਦਾ ਚੇਂਜ ਆਈ ਅਤੇ ਇਹ ਸਾਰਾ ਜਿਹੜਾ ਕ੍ਰੈਡਿਟ ਹੈ ਮੈਨੂੰ ਇਸ ਜਗ੍ਹਾ ਤੱਕ ਪਹੁੰਚਾਉਣ ਲਈ ਅਤੇ ਪਾਸਟਰ ਪੀਟਰ ਅਤੇ ਆਪਣੇ ਮਤੀ ਐਡਰ ਸਾਹਿਬ ਨੂੰ ਜਾਂਦਾ ਕਿ ਮੈਨੂੰ ਬਦਲਣ ਦੇ ਵਿੱਚ, ਮੇਰੀ ਮਦਦ ਕਰਨ ਦੇ ਵਿੱਚ, ਮੈਨੂੰ ਕਲਾਮ ਬਾਰੇ ਗੱਲਾਂ ਦੱਸਣ ਦੇ ਵਿੱਚ, ਅਤੇ ਉਸ ਤੋਂ ਬਾਅਦ ਮੈਂ ਬਹੁਤ ਕੁਛ ਸਿੱਖਿਆ ਇਹਨਾਂ ਕੋਲੋਂ, ਅਜੇ ਵੀ ਮੈਂ ਸਿੱਖਦਾ ਜਾ ਰਿਹਾ, ਮੈਂ ਗੁਣਾ ਗਾ ਰਿਹਾ ਅਤੇ ਬਹੁਤ ਸਾਰੀਆਂ ਇਹਨਾਂ ਤੋਂ ਗੱਲਾਂ ਸਿੱਖੀਆਂ। ਉਸ ਤੋਂ ਬਾਅਦ ਆਪਣੇ ਮੈਂ ਆਪਣੇ ਇੰਡੀਆ ਗਿਆ ਹੋਇਆ ਸੀ ਹੁਣ, ਅਤੇ ਉੱਥੇ ਮੈਂ ਮਨ ਬਣਾਇਆ ਸੀ ਆਪਣੇ ਆਪ ਨੂੰ ਕਿ ਉਹ ਬਾਈਬਲ ਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ ਹੁੰਦਾ ਛਿੱਟੇ ਵਾਲੇ ਜਿਹੜਾ ਆਪਾਂ ਬਪਤਿਸਮਾ ਲੈਂਦੇ ਹਾਂ, ਕੈਥਲਿਕ ਦੇ ਵਿੱਚ ਉਸੇ ਨੇ ਬਪਤਿਸਮਾ ਲਿਆ ਸੀ, ਉਸੇ ਡੁਬਕੀ ਵਾਲਾ ਬਪਤਿਸਮਾ ਮੈਂ ਵੀ ਲੈਣਾ, ਅਤੇ ਮੈਂ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸਿਆ ਸੀਗਾ ਵੀ ਮੈਂ ਬਪਤਿਸਮਾ ਲੈਣਾ। ਉੱਥੇ ਮੈਂ ਮਨ ਬਣਾਇਆ ਪਾਸਟਰ ਅੰਕਲ ਨਰੁੰਡਾ ਦੇ ਪ੍ਰੇਰਨਾ ਦੇ ਵਿੱਚ ਮੈਂ ਜਾਂਦਾ ਹੁੰਦਾ ਸੀ, ਅਤੇ ਆਪਣੇ ਆਪ ਹੀ ਖੁਦਾ ਮੈਂ ਪਾਸਟਰ ਉਹਨਾਂ ਨੇ ਬਹੁਤ ਰਿਫੋਰਸ ਕੀਤਾ ਸੀਗਾ, ਕਿਹਾ ਮੈਨੂੰ ਸਮਝਾਇਆ ਵੀ ਤੁਸੀਂ ਬਪਤਿਸਮਾ ਲਵੋ ਫਿਰ ਹੀ ਖੁਦਾ ਵਿੱਚ ਆ ਸਕਦੇ ਹੋ ਤੁਸੀਂ ਸਹੀ ਤਰੀਕੇ ਦੌਰਾਨ, ਪਰ ਮੇਰਾ ਮਨ ਨਹੀਂ ਸੀ ਮੰਨਦਾ, ਪਰ ਉੱਥੇ ਜਦੋਂ ਮੈਂ ਗਿਆ ਹਾਂ ਖੁਦਾ ਨੇ ਮੈਨੂੰ ਗਾਈਡ ਕੀਤਾ ਅਤੇ ਮੈਂ ਬਪਤਿਸਮੇ ਵਾਸਤੇ ਤਿਆਰ ਹੋ ਗਿਆ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੈਂ ਮੇਰੇ ਬੱਚੇ ਵੀ ਤਿਆਰ ਹੋਏ ਆ ਮੈਂ ਬਪਤਿਸਮੇ ਵਾਸਤੇ, ਇਹ ਮੇਰੀ ਵੇਟ ਕਰਦੇ ਸੀਗੇ ਵੀ ਕਦੋਂ ਸਾਡਾ ਰੈਡੀ, ਸਾਨੂੰ ਕਹੋ ਤਾਂ ਅਸੀਂ ਰੈਡੀ ਹੋ ਕੇ ਬਪਤਿਸਮਾ ਲਈਏ ਅਤੇ ਖੁਦਾ ਦੇ ਵਿੱਚ ਸਹੀ ਤਰੀਕੇ ਦੇ ਨਾਲ ਆ ਗਈਏ। ਮੈਂ ਆਉਂਦੇ ਸੰਡੇ ਦੀ ਮੀਟਿੰਗ ਦੇ ਵਿੱਚ ਪਾਸਟਰ ਜੀ ਉਹਨਾਂ ਨੇ ਪਾਸਟਰ ਪ੍ਰਦੀਪ ਦੇ ਨਾਲ ਗੱਲ ਕੀਤੀ, ਮੈਂ ਕਿਹਾ ਪਾਸਟਰ ਜੀ ਮੈਂ ਬੱਚਿਆਂ ਦਾ ਨਹੀਂ ਕਹਿ ਸਕਦਾ ਪਰ ਮੈਂ ਰੈਡੀ ਹਾਂ ਬਪਤਿਸਮਾ ਲੈਣ ਵਾਸਤੇ। ਬੱਚੇ ਨੇ ਵੀ ਉਸੇ ਦਿਨ ਇਕਰਾਰ ਕੀਤਾ, ਡੈਡੀ ਕਹਿੰਦੇ ਅਸੀਂ ਤੇਰੇ ਤੋਂ ਪਹਿਲਾਂ ਅਸੀਂ ਰੈਡੀ ਹਾਂ। ਧੰਨਵਾਦ ਕਰਦਾ ਖੁਦਾ ਦਾ ਕਿ ਬੱਚੇ ਮੇਰੇ ਤੋਂ ਪਹਿਲਾਂ ਰੈਡੀ ਸੀਗੇ, ਸਾਨੂੰ ਖੁਦਾ ਨੇ ਇੱਥੇ ਕੋਮਨੀਕੇਟ ਕਰਕੇ ਕੋਈ ਜਿੱਦਾਂ ਦਿਲ ਹੁੰਦਾ ਸੋਚ ਦਿੱਤੀ ਸੀਗੀ ਸਾਨੂੰ ਸਾਰਿਆਂ ਨੇ ਇਸ ਬਪਤਿਸਮਾ ਲੈਣ। ਮੈਂ ਇਹਨੂੰ ਇਹ ਵੀ ਕਿਹਾ ਮੈਂ ਕਿਹਾ ਤੁਹਾਨੂੰ ਫੋਰਸ ਨਹੀਂ ਕਰਦਾ, ਤੁਹਾਡੀ ਆਪਣੀ ਮਰਜ਼ੀ ਆ, ਤੁਸੀਂ ਅਗਰ ਲੈਣਾ ਚਾਹੋ ਤਾਂ ਮੇਰੇ ਨਾਲ ਆ ਜਾਣਾ। ਅਤੇ ਕੱਲ੍ਹ ਖੁਦਾ ਦੇ ਦਾਸ ਆਏ ਹੋਏ ਸੀ ਸਾਰੇ, ਭਾਅ ਜੀ ਸਰਫਰਾਜ ਹੁਣੀ ਆਏ ਹੋਏ ਸੀਗੇ, ਪਾਸਟਰ ਪੀਟਰ ਸੀ, ਸਿਸਟਰ ਮੈਮ ਸੀ, ਪੈਮ ਸੀਗੇ,
ਆਪਣੇ ਸਾਰੇ ਪਾਸਟਰ ਜੀ ਹੋਣੇ ਸੀਗੇ, ਇਹਨਾਂ ਨੇ ਕੱਲ੍ਹ ਜਿਹੜੀ ਮੇਰੀ ਜ਼ਿੰਦਗੀ ਇੱਕ ਨਵੀਂ ਜ਼ਿੰਦਗੀ ਮੈਨੂੰ ਦਿੱਤੀ, ਪੁਰਾਣੀ ਜ਼ਿੰਦਗੀ ਭੁੱਲ ਕੇ ਸਾਰਾ ਕੁਛ ਅਸੀਂ ਆਪਣਾ ਸਾਰਾ ਪਰਿਵਾਰ ਭੁੱਲ ਕੇ ਇੱਕ ਨਵਾਂ ਜਨਮ ਲਿਆ ਕੱਲ੍ਹ ਅਸੀਂ, ਔਰ ਧੰਨਵਾਦ ਕਰਦੇ ਹਾਂ ਸਭ ਤੋਂ ਵੱਡਾ ਕ੍ਰੈਡਿਟ ਪਾਸਟਰ ਆਪਣੇ ਪਾਸਟਰ ਪ੍ਰਦੀਪ ਨੂੰ ਜਾਂਦਾ। ਬਹੁਤ ਵੱਡੀ ਕੁਰਬਾਨੀ ਆ ਸਾਡੇ ਪਰਮੇਸ਼ਵਰ ਦੀ, ਪ੍ਰਭੂ ਯਿਸੂ ਮਸੀਹ ਦੀ, ਉਹਦੀ ਕੁਰਬਾਨੀ ਦੇ ਨਾਲ ਬਹੁਤ ਵੱਡਾ ਇਕੱਠ ਹੋਇਆ ਤੇ ਉਹਦੇ ਨਾਲ ਹੀ ਕੁਰਬਾਨੀ ਆ ਭਾਈ ਸਾਡੇ ਵੀਰ ਜੀ ਇੰਗਲੈਂਡ ਤੋਂ ਆਏ ਆ, ਸਾਡੇ ਭੈਣ ਜੀ ਇੰਗਲੈਂਡ ਤੋਂ ਆਏ ਆ, ਜਿਹੜੀ ਇਹ ਵੀ ਇੱਕ ਬੜੀ ਵੱਡੀ ਸੇਵਾ ਕਰ ਰਹੇ ਆ, ਕਿਉਂਕਿ ਹਰ ਇੱਕ ਘਰ ਦੇ ਵਿੱਚ ਜਿਹੜਾ ਸੰਗਤ ਵਿੱਚ ਨਹੀਂ ਆ ਸਕਦਾ ਉਹ ਘਰ ਦੇ ਵਿੱਚ ਬੈਠਾ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਨੂੰ ਦੇਖ ਸਕਦਾ ਆ। ਸੋ ਪਾਸਟਰ ਪ੍ਰਦੀਪ ਜੀ ਹੁਣੀ ਜਿਹਨਾਂ ਨੇ ਆਪਣਾ ਕਾਰੋਬਾਰ ਨੂੰ ਇੱਕ ਸਾਈਡ ਤੇ ਰੱਖਦੇ ਹੋਏ ਪ੍ਰਭੂ ਦੀ ਸੇਵਾ ਲਈ ਬੜੀ ਵੱਡੀ ਅਣਖ ਆਪਣੇ ਮਨ 'ਚ ਪੈਦਾ ਕੀਤੀ ਆ। ਮੈਂ ਇਹਨਾਂ ਸਾਰਿਆਂ ਲਈ ਜੋ ਸਾਡੇ ਪ੍ਰਧਾਨ ਸਾਹਿਬ, ਸੋ ਜਿੰਨੇ ਵੀ ਸਾਡੇ ਚਰਚ ਦੇ ਮੈਂਬਰ ਆ, ਭੈਣ ਭਾਈ ਆ, ਜਿਹਨਾਂ ਦੇ ਮੈਂ ਨਾਮ ਨਹੀਂ ਲੈ ਸਕਦਾ, ਤੁਹਾਡੀ ਵੀ ਇੱਕ ਬਹੁਤ ਵੱਡੀ ਕੁਰਬਾਨੀ ਆ ਜਿਹੜੀ ਬੜੀ ਧਿਆਨ ਦੇ ਨਾਲ ਪ੍ਰਭੂ ਯਿਸੂ ਮਸੀਹ ਦਾ ਵਚਨ ਸੁਣਦੇ ਹਾਂ। ਸੋ ਇਹਦੇ ਨਾਲ ਮੈਂ ਦੱਸਣਾ ਚਾਹੁੰਦਾ ਆਪਣੇ ਜੀਵਨ ਦੀ ਅਗਵਾਈ। ਮੇਰਾ ਨਾਮ ਲਖਵਿੰਦਰ ਕੁਮਾਰ ਲੱਖਾ, ਇੰਡੀਆ ਤੋਂ ਰਹਿਣੇ ਵਾਲਾ ਮੈਂ। ਮੈਨੂੰ ਪ੍ਰਭੂ ਯਿਸੂ ਦੇ ਨਾਮ ਬਾਰੇ ਨਹੀਂ ਪਤਾ ਸੀ, ਬਿਲਕੁਲ ਨਹੀਂ ਪਤਾ ਸੀ ਯਿਸੂ ਦੇ ਨਾਮ ਬਾਰੇ। ਸਾਡੇ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਕੋਈ ਐਸੀ ਆਫਤ ਆਈ ਜਿਸ ਆਫਤ ਦਾ ਡਾਕਟਰ ਦੁਨੀਆ ਦੇ ਇਲਾਜ ਨਹੀਂ ਕਰ ਸਕੇ, ਸਾਨੂੰ ਯਿਸੂ ਦੇ ਨਾਮ ਬਾਰੇ ਦੱਸਿਆ ਗਿਆ ਇੰਡੀਆ ਦੇ ਵਿੱਚ। ਜਦੋਂ ਯਿਸੂ ਦਾ ਨਾਮ ਦੱਸਿਆ ਗਿਆ ਸਾਨੂੰ ਪਤਾ ਨਹੀਂ ਸੀ ਯਿਸੂ ਕੌਣ ਹੁੰਦਾ ਜਾਂ ਕੀ ਗੱਲ। ਸਾਡੇ ਲਾਗੇ ਤਕਰੀਬਨ 40 ਕਿਲੋਮੀਟਰ ਦੇ ਪਿੰਡ ਖੋਜੋਵਾਲ ਡਿਸਟ੍ਰਿਕਟ ਕਰਪੂਥਲੇ ਦੇ ਵਿੱਚ ਪੈਂਦਾ, ਉੱਥੇ ਸੰਤ ਪਾਸਟਰ ਹਰਭਜਨ ਸਿੰਘ ਜੀ, ਜਿਹੜੇ ਸਲੀਬੀ ਪ੍ਰਵਾਨੇ, ਬੜੀ ਅਣਖ ਰੱਖਣੇ ਵਾਲੇ ਸੂਰਮੇ, ਦਿਲ ਨੂੰ ਖੋਲ੍ਹ ਕੇ ਪ੍ਰਭੂ ਯਿਸੂ ਮਸੀਹ ਦੇ ਪੰਥ ਦਾ ਜਿਹੜੇ ਪ੍ਰਚਾਰ ਕਰਦੇ, ਸਾਨੂੰ ਉਹਨਾਂ ਦੇ ਬਾਰੇ ਦੱਸਿਆ ਗਿਆ। ਸਾਡਾ ਪਰਿਵਾਰ ਗਿਆ, ਮੇਰੇ ਮੰਮੀ ਡੈਡੀ ਜੀ, ਮੇਰੇ ਭਾਜੀ, ਮੇਰੇ ਭਾਬੀ ਜੀ ਗਏ। ਜਦੋਂ ਘਰ ਆਏ ਮੈਂ ਫਿਰ ਸੋਚਿਆ, ਮੈਂ ਕਿਹਾ ਅੱਜ ਕਿਸੇ ਚੰਗੇ ਸਿਆਣੇ ਕੋਲ ਗਏ ਹੋਊਗੇ। ਮੈਂ ਆਪਣੇ ਡੈਡੀ ਹੁਣਾਂ ਨਾਲ, ਘਰਦਿਆਂ ਨਾਲ ਝਗੜਾ ਕੀਤਾ ਵੀ ਤੁਸੀਂ ਕਿਸੇ ਚੰਗੇ ਵਧੀਆ ਡਾਕਟਰ ਤੋਂ ਜਾਂਦੇ। ਉਹਨਾਂ ਨੇ ਮੈਨੂੰ ਦੱਸਿਆ, ਪੁੱਤਰ ਤੂੰ ਐਤਵਾਰ ਨੂੰ ਸੰਗਤ ਵਿੱਚ ਜ਼ਰੂਰ ਜਾਣ। ਮੈਂ ਸੰਤ ਜੀ ਹੁਣਾਂ ਦੇ ਨਾਲ ਵਿਚਾਰ ਕੀਤਾ, ਇਹ ਜਿਹੜੀ ਇੰਨਾ ਸੰਸਾਰ ਹੈ, ਇੰਨੀ ਵੱਡੀ ਦੁਨੀਆ, ਇਹਨੂੰ ਬਣਾਉਣੇ ਵਾਲਾ ਕੌਣ? ਉਹਨਾਂ ਨੇ ਕਿਹਾ, ਪੁੱਤਰਾ ਤੇਰਾ ਸਵਾਲ ਬੜਾ ਵਧੀਆ। ਮੈਨੂੰ ਉਹਨਾਂ ਨੇ ਪ੍ਰਭੂ ਯਿਸੂ ਦੇ ਬਾਰੇ ਦੱਸਿਆ, ਪ੍ਰਭੂ ਯਿਸੂ ਮਸੀਹ ਦੇ ਪੰਥ ਦੇ ਬਾਰੇ ਦੱਸਿਆ, ਪ੍ਰਭੂ ਯਿਸੂ ਮਸੀਹ ਦੇ ਪੰਥ ਦੇ ਬਾਰੇ ਦੱਸਿਆ ਉਹਨਾਂ ਨੇ। ਇਹ ਨਾ ਸੋਚੋ ਵੀ ਇਹ ਇੱਕ ਨਵਾਂ ਪੰਥ ਹੈ, ਨਹੀਂ, ਇਹ ਪ੍ਰਭੂ ਯਿਸੂ ਮਸੀਹ ਦਾ ਪੰਥ ਸੰਸਾਰ ਦੇ ਬਾਰੇ ਦੱਸਦਾ, ਪਰਮੇਸ਼ਵਰ ਦੇ ਬਾਰੇ ਦੱਸਦਾ। ਉਹਨਾਂ ਨੇ ਇੱਕ ਗੱਲ ਦੇ ਵਿੱਚ ਕਹਿ ਕੇ ਜਵਾਬ ਪੂਰਾ ਕੀਤਾ। ਉਹਨਾਂ ਨੇ ਮੈਨੂੰ ਕਿਹਾ, ਲਖਵਿੰਦਰ ਲਖੇ, ਜੋ ਸੰਸਾਰ ਬਣਾਉਣੇ ਵਾਲਾ ਉਹਦਾ ਨਾਮ ਕੀ ਆ? ਪ੍ਰਭੂ ਯਿਸੂ ਮਸੀਹ ਆ। ਹਾਲੇਲੂਇਆ। ਤੁਸੀਂ ਇੱਕ ਗੱਲ ਦਾ ਪ੍ਰੇਜ ਕਰਨਾ, ਤੁਸੀਂ ਸਿੱਧੇ ਜਾਂਦੇ ਜਾਂਦੇ ਭੁੱਲ ਗਏ ਆ। ਮੈਂ ਕਿਹਾ, ਪਰ ਸਾਹਿਬ ਉਹ ਕਿਵੇਂ ਭੁੱਲ ਗਏ ਆ? ਤੁਸੀਂ ਦੁਨੀਆ ਬਣਾਉਣੇ ਵਾਲੇ ਦੀ ਪੂਜਾ ਨਹੀਂ ਕਰਦੇ, ਉਹਦੀ ਉਪਾਸਨਾ ਨਹੀਂ ਕਰਦੇ, ਤੁਸੀਂ ਸ੍ਰਿਸ਼ਟੀ ਦੀ ਉਪਾਸਨਾ ਕਰਦੇ ਆ। ਇਹ ਕੰਮ ਤੁਹਾਨੂੰ ਛੱਡਣਾ ਪਊਗਾ ਤੇ ਅੱਜ ਤੋਂ ਤੁਸੀਂ ਚੰਗੇ ਹੋ ਜਾਓਗੇ। ਮੇਰੀ ਭਰਜਾਈ ਕਾਫੀ ਭੈਣ ਜੀ ਹੁਣਾਂ ਜਿਹੜਾ ਕੱਦ ਸੀ, ਉਹਨਾਂ ਦਾ ਕੰਧਾ ਅੜੇ ਟੱਪ ਜਾਂਦੇ ਸੀ ਤੇ ਨਿਆਣਿਆਂ ਦਾ ਗਲ ਘੁੱਟਦੀ ਹੁੰਦੀ ਸੀ। ਇਹਨਾਂ ਸਾਡੇ ਘਰ ਦੇ ਵਿੱਚ ਵਕਤ ਪਿਆ ਸੀ ਤੇ ਜਦੋਂ ਉਹਨਾਂ ਦੇ ਕੋਲ ਅਸੀਂ ਇੱਕ ਐਤਵਾਰ, ਉਹਨਾਂ ਨੇ ਕਿਹਾ ਤੁਸੀਂ 5 ਐਤਵਾਰ ਜਾਣਾ ਚਰਚ ਦੇ ਵਿੱਚ। ਅਸੀਂ 5 ਐਤਵਾਰ ਤਨੇਚਾ ਦੇ ਨਾਲ ਪ੍ਰਭੂ ਯਿਸੂ ਦੇ ਚਰਚ ਘਰ ਵਿੱਚ ਗਏ। ਅੱਜ ਹੋਰ ਕੱਲ੍ਹ ਹੋਰ ਅਸੀਂ ਆਪਸ ਵਿੱਚ ਹੱਸਣਾ ਸਾਈਡ ਤੇ ਲੱਗ ਗਈ ਵੀ ਕਿਹੋ ਜਿਹਾ ਲੱਗ ਪਿਆ। ਹੌਲੀ ਹੌਲੀ ਸਾਨੂੰ ਫਿਰ ਪ੍ਰਭੂ ਯਿਸੂ ਦੇ ਬਾਰੇ ਪਤਾ ਲੱਗ ਗਿਆ ਕਿ ਪ੍ਰਭੂ ਯਿਸੂ ਸੀ ਕੀ ਆ? ਪਰਮੇਸ਼ਵਰ ਆ। ਇਹ ਸਾਰੀ ਵਡਿਆਈ, ਇਹ ਸਾਰੀ ਸੋਭਾ, ਇਹ ਪਰਮੇਸ਼ਵਰ ਪ੍ਰਭੂ ਯਿਸੂ ਦੀ ਆ। ਬੇਸ਼ੱਕ ਇਹਦੇ ਨਾਲ ਹੀ ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰਨਾ ਕਿ ਜਦੋਂ ਪ੍ਰਭੂ ਦੀ ਸੰਗਤ ਵਿੱਚ ਆ ਜਾਈਦਾ, ਕੋਈ ਨਾ ਕੋਈ ਅਣਖ ਰੱਖੋ ਆਪਣੇ ਮਨ ਲਈ। ਇਹ ਨਾ ਸੋਚੋ ਗਲੋਰੀ ਟੀਵੀ ਵਾਲੇ ਇਸ ਤਰ੍ਹਾਂ ਦੀ ਸੇਵਾ ਕਰਦੇ ਆ, ਭਾਈ ਗਾ ਕੇ ਸੇਵਾ ਕਰਦੇ ਆ, ਭਾਈ ਜੀ ਸਾਡੇ ਪਾਸਟਰ ਸਾਹਿਬ ਮਿਲਾਨ ਤੋਂ ਆਏ ਆ ਜੋ ਸੇਵਾ ਕਰਦੇ ਆ, ਤੁਸੀਂ ਵੀ ਇੱਕ ਸੇਵਾ ਕਰ ਸਕਦੇ ਆ। ਉਹ ਕਿਹੜੀ ਸੇਵਾ? ਮਨ ਦੇ ਵਿੱਚ ਅਣਖ ਰੱਖੋ। ਇਹ ਕੈਲੋ ਨਹੀਂ ਦੇ ਸਕਦੇ, 50 ਸੈਂਟ ਦੇ ਸਕਦੇ ਆ ਦਿਹਾੜੀ ਦਾ ਮਨ ਦੇ ਵਿੱਚ, ਇਹ ਮਨ ਦੇ ਵਿੱਚ ਇਕੱਠਾ ਕਰ ਲਓ ਵੀ ਗਲੋਰੀ ਟੀਵੀ ਨੂੰ ਜਾਂ ਧਰਮ ਦੇ ਕੰਮ ਲਈ ਕੋਈ ਕੰਮ ਕਰਨਾ। ਫਰਜ ਕਰੋ ਇਟਲੀ ਦੇ ਵਿੱਚ ਵਿਦੇਸ਼ੀ ਲੋਕ 2 ਲੱਖ ਬੰਦਾ ਰਹਿੰਦਾ ਹੋਊਗਾ ਤੇ ਜੇ 50 ਦੇ ਹਿਸਾਬ ਦੇ ਨਾਲ ਫੈਸਲਾ ਕਰੀ
ਜੀਰੋ ਬਣ ਜਾਂਦਾ ਤੱਕ ਨਹੀਂ ਜਾਂਦਾ। ਕੁਰਬਾਨੀ ਬੜੇ ਬੜੇ ਪ੍ਰਕਾਰ ਦੀਆਂ। ਪ੍ਰਭੂ ਯਸੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ, ਸਾਰਿਆਂ ਨੂੰ ਪ੍ਰਭੂ ਤੁਹਾਨੂੰ ਬਰਕਤ ਦੇਵੇ। ਪ੍ਰਭੂ ਯਸੂ ਕੇ ਨਾਮ ਕੀ ਖੜਾ ਕਰ, ਪ੍ਰਭੂ ਯਸੂ ਕੇ ਨਾਮ ਕੀ। ਨਾਮ ਰਾਜਨ ਮਸੀਹ, ਪਿੰਡ ਬਰਿਆਰ ਬੇਗਵਾਲ ਦਾ ਰਹਿਣ ਵਾਲਾ। ਮੇਰਾ ਜਨਮ ਮਸੀਹੀ ਪਰਿਵਾਰ ਵਿੱਚ ਹੋਇਆ, ਲੇਕਿਨ ਮੈਂ ਮਸੀਹੀ ਤੋਂ ਬਹੁਤ ਹੀ ਦੂਰ ਸੀ। ਸਾਡੇ ਘਰ ਵਿੱਚ ਸਤਸੰਗ ਹੁੰਦਾ ਸੀ, ਲੇਕਿਨ ਮੈਂ ਪ੍ਰਭੂ ਤੋਂ ਬਹੁਤ ਜ਼ਿਆਦਾ ਦੂਰ ਆਪਣੇ ਘਰ ਵਿੱਚ ਹੀ ਇੱਕ ਕਮਰੇ ਦੇ ਵਿੱਚ ਸਤਸੰਗ ਹੋ ਰਿਹਾ ਹੁੰਦਾ ਸੀ ਅਤੇ ਦੂਸਰੇ ਕਮਰੇ ਦੇ ਵਿੱਚ ਮੈਂ ਬੈਠ ਕੇ ਗ੍ਰੰਥ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਹੋਣਾ ਦਾ ਜੋ ਕਿ ਹੈ ਮੈਂ ਪਾਠ ਕਰਦਾ ਹੁੰਦਾ ਸੀ, ਲੇਕਿਨ ਫਿਰ ਵੀ ਮੈਨੂੰ ਸ਼ਾਂਤੀ ਨਹੀਂ ਸੀ ਮਿਲਦੀ। ਇਸ ਤਰ੍ਹਾਂ ਹੀ ਮੇਰਾ ਜੀਵਨ ਅੱਗੇ ਵੱਧਦਾ ਗਿਆ। ਮੇਰੇ ਨਾਂ ਦੇ ਪਿੱਛੇ ਮੇਰੇ ਪਾਪਾ ਜੀ ਹੋਣਾ ਨੇ ਮਸੀਹ ਲਾਇਆ ਸੀ। ਮੈਂ ਉਸਦੇ ਕਰਕੇ ਵੀ ਆਪਣੇ ਪਰਿਵਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਝਗੜਾ ਕਰਦਾ ਹੁੰਦਾ ਸੀ ਕਿ ਮੇਰੇ ਨਾਂ ਦੇ ਪਿੱਛੇ ਤੁਸੀਂ ਮਸੀਹ ਕਿਉਂ ਲਾਇਆ, ਕਿਉਂਕਿ ਮੈਂ ਤਾਂ ਮਸੀਹ ਨੂੰ ਕਬੂਲ ਹੀ ਨਹੀਂ ਕਰਦਾ। ਮੇਰੇ ਚਾਚਾ ਜੀ ਜੋ ਕਿ ਗੁਰਦੁਆਰੇ ਜਾਂਦੇ ਹਨ ਅਤੇ ਉਹਨਾਂ ਨੇ ਮੈਨੂੰ ਆਪਣੇ ਮਗਰ ਲਾਇਆ ਵੀ ਤੂੰ ਮਸੀਹ ਨੂੰ ਭੁੱਲ ਜਾ, ਕਿਉਂਕਿ ਤੇਰੇ ਪਾਪਾ ਜੀ ਤਾਂ ਹੁਣ ਉਹ ਈਸਾਈ ਬਣ ਗਏ, ਤੁਸੀਂ ਈਸਾਈ ਨਹੀਂ ਬਣਨਾ। ਤੂੰ ਆਪਣੀ ਲਾਈਫ ਨੂੰ ਫਿਰ ਸ਼ੁਰੂ ਤੋਂ ਜਿਸ ਤਰ੍ਹਾਂ ਸਾਡਾ ਪਰਿਵਾਰ ਕਰਦਾ ਆਇਆ ਮੂਰਤੀ ਪੂਜਾ, ਉਸੇ ਤਰ੍ਹਾਂ ਹੀ ਸ਼ੁਰੂ ਕਰ। ਮੈਂ ਇਸ ਤਰ੍ਹਾਂ ਮੇਰੀ ਲਾਈਫ ਅੱਗੇ ਚੱਲਦੀ ਗਈ ਅਤੇ ਮੈਂ ਫਿਰ ਵੀ ਮੈਨੂੰ ਸ਼ਾਂਤੀ ਨਹੀਂ ਮਿਲੀ, ਘਰ ਵਿੱਚ ਕੋਈ ਬਰਕਤ ਨਹੀਂ। ਮੈਂ ਮਲੇਸ਼ੀਆ ਗਿਆ, ਉੱਥੇ ਜਾ ਕੇ ਵੀ 7 ਸਾਲ ਕੰਮ ਕੀਤਾ, ਲੇਕਿਨ ਘਰ ਦੇ ਵਿੱਚ ਕੋਈ ਬਰਕਤ ਨਹੀਂ ਮਿਲੀ ਮੈਨੂੰ। ਇਸੇ ਤਰ੍ਹਾਂ ਮੈਂ ਵਾਪਸ ਆਇਆ 2010 ਦੇ ਵਿੱਚ, ਜਦੋਂ ਇੰਡੀਆ ਆਇਆ ਤਾਂ ਮੈਂ ਉੱਥੇ ਆ ਕੇ ਸੰਤ ਸੁੰਦਰ ਲਾਲ ਜੀ ਹੋਣਾ ਦਾ ਪ੍ਰਚਾਰ ਸੁਣਨਾ ਸ਼ੁਰੂ ਕੀਤਾ ਅਤੇ ਇਸ ਤਰ੍ਹਾਂ ਮੈਨੂੰ ਥੋੜ੍ਹੀ ਸਮਝ ਆਉਣ ਲੱਗੀ ਕਿ ਮਸੀਹ ਸੱਚਮੁੱਚ ਹੀ ਇਸ ਦੁਨੀਆ ਦੇ ਉੱਤੇ ਜਿੰਦਾ ਖੁਦਾ ਹੈ। ਅਤੇ ਇਸੇ ਤਰ੍ਹਾਂ ਮੈਂ ਆਪਣੀ ਵਾਈਫ ਦੇ ਨਾਲ, ਆਪਣੇ ਪਰਿਵਾਰ ਦੇ ਨਾਲ ਇੱਕ ਇਕਰਾਰ ਕੀਤਾ ਕਿ ਜੇਕਰ ਮੈਨੂੰ, ਜੇਕਰ ਤੁਹਾਡਾ ਪਿਤਾ ਪਰਮੇਸ਼ੁਰ ਹੈ ਅਤੇ ਮੈਨੂੰ ਇੱਕ ਬੱਚੇ ਦੀ ਦਾਨ ਦੇਵੇ, ਇੱਕ ਬੇਟੇ ਦੀ ਦਾਨ ਦੇਵੇ, ਤਾਂ ਮੈਂ ਆਪਣੇ ਆਪ ਨੂੰ ਖੁਦਾ ਦੇ ਅੱਗੇ ਹਾਰ ਦੇਵਾਂਗਾ। ਮੈਂ ਇਹ ਕਬੂਲ ਕਰ ਦੇਵਾਂਗਾ ਕਿ ਪਿਤਾ ਪਰਮੇਸ਼ੁਰ ਇਸ ਦੁਨੀਆ ਦੇ ਉੱਤੇ ਹੈ। ਅਤੇ ਖੁਦਾ ਦੀ ਕਿਰਪਾ 2011 ਨਵੰਬਰ 25 ਨੂੰ ਮੇਰੇ ਘਰ ਖੁਦਾ ਨੇ ਇੱਕ ਬੇਟੇ ਦੀ ਦਾਨ ਬਖਸ਼ੀ ਅਤੇ ਉਸ ਦਿਨ ਤੋਂ ਹੀ ਮੈਂ ਆਪਣੇ ਆਪ ਨੂੰ ਪ੍ਰਭੂ ਯਸ਼ੂ ਦੇ ਅੱਗੇ ਅਰਪਣ ਕਰ ਦਿੱਤਾ ਅਤੇ ਇਹ ਸਭ ਤੋਂ ਵੱਡੀ ਮੇਰੀ ਜ਼ਿੰਦਗੀ ਦੀ ਗਵਾਹੀ। ਅੱਜ ਮੈਂ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਹਾਂ ਅਤੇ ਇਹ ਸਭ ਤੋਂ ਵੱਡਾ ਖੁਦਾ ਦਾ ਕੈਰਿਡ ਹੈ ਅਤੇ ਇਸੇ ਤਰ੍ਹਾਂ ਹੀ ਮੈਂ ਆਪਣੇ ਆਪ ਨੂੰ ਪ੍ਰਭੂ ਯਸ਼ੂ ਦੇ ਕੰਮਾਂ ਦੇ ਲਈ ਅਰਪਣ ਕਰਨਾ ਚਾਹੁੰਦਾ ਹਾਂ। ਸਾਰੇ ਭੈਣ ਭਾਈਆਂ ਨੂੰ ਜੈਮ ਸਿੰਘ ਜੀ, ਮੈਂ ਪਰਮੇਸ਼ੁਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਸਨੇ ਮੈਨੂੰ ਜ਼ਿੰਦਗੀ ਬਖਸ਼ੀ। ਔਰ ਮੈਂ ਦੱਸਣਾ ਚਾਹੁੰਦਾ ਕਿ ਮੈਂ ਇੱਕ ਮਸੀਹ ਪਰਿਵਾਰ 'ਚ ਪੈਦਾ ਹੋਇਆ। ਮੈਂ ਪਾਸਟਰ ਕਰਮਚੰਦ ਦੀ ਫੈਮਿਲੀ ਤੋਂ ਬਿਲੋਂਗ ਕਰਦਾ, ਉਹਨਾਂ ਦਾ ਵੱਡਾ ਪੋਤਰਾ। ਔਰ ਪਰਮੇਸ਼ੁਰ ਨੂੰ ਮੰਨਦੇ ਹੋਏ ਵੀ ਕਈ ਵਾਰੀ ਜੀਵਨ ਦੇ ਵਿੱਚ ਬਹੁਤ ਸਾਰੀਆਂ ਸਟਰਗਲਸ ਆ ਜਾਂਦੇ, ਸਮੱਸਿਆਵਾਂ ਆ ਜਾਂਦੀਆਂ ਨੇ। ਔਰ ਕੀ ਹੋਇਆ, ਮੇਰੀ ਸ਼ਾਦੀ ਹੋਈ ਔਰ ਪ੍ਰਭੂ ਦੇ ਵਿੱਚ, ਔਰ ਪ੍ਰਭੂ ਨੇ ਅੱਛੀ ਮੈਨੂੰ ਵਾਈਫ ਦਿੱਤੀ। ਔਰ ਜਿੱਦਾਂ ਜਿੱਦਾਂ ਟਾਈਮ ਬੀਤਦਾ ਗਿਆ, ਪ੍ਰਭੂ ਨੇ ਸਾਨੂੰ ਬਰਕਤ ਦਿੱਤੀ ਔਰ ਵਾਈਫ ਪ੍ਰੈਗਨੈਂਟ ਹੋਈ। ਮੈਂ ਬੜੇ ਛੋਟੇ ਸ਼ਬਦਾਂ 'ਚ ਤੁਹਾਨੂੰ ਦੱਸਦਾ, ਔਰ ਬਹੁਤ ਸਾਰੀ ਮੁਸੀਬਤ ਮੇਰੇ ਜੀਵਨ 'ਚ ਆ ਗਈ, ਜਿਹਦੇ ਕਾਰਨ ਕੀ ਹੋਇਆ, ਡਾਕਟਰਾਂ ਨੇ ਕਹਿਤਾ, ਕਹਿੰਦੇ ਤੇਰੀ ਵਾਈਫ ਦਾ ਬਰਥ ਕਰਨਾ, ਮਤਲਬ ਡਿਲੀਵਰ ਕਰਨਾ ਬੱਚੇ ਨੂੰ ਬਹੁਤ ਹੀ ਕੀ ਬਹੁਤ ਹੀ ਯੋਗ ਹੈ। ਉਹਨਾਂ ਨੇ ਕਿਹਾ ਇਹਦਾ ਇੱਕ ਤਾਂ ਪਾਣੀ ਘੱਟ ਗਿਆ, ਦੂਜਾ ਇਹਦੇ 'ਚ ਬਲੱਡ ਸੀ। ਪਹਿਲਾਂ ਰਿਪੋਰਟ ਚੈੱਕ ਕਰਾਈ, ਬਲੱਡ ਸੀਗਾ 13 ਗ੍ਰਾਮ। ਉਸ ਤੋਂ ਬਾਅਦ ਇੱਕਦਮ ਅਗਲੀ ਵਾਰੀ ਰਿਪੋਰਟ ਕਰਾਈ, ਬਲੱਡ ਰਹਿ ਗਿਆ 8 ਗ੍ਰਾਮ। ਇੰਨੀ ਮੁਸੀਬਤ ਆ ਗਈ, ਪਰੇਸ਼ਾਨੀ ਆ ਗਈ। ਪਾਸਟਰ ਪ੍ਰਦੀਪ ਨਾਲ ਮੈਂ ਗੱਲ ਕੀਤੀ, ਮੈਂ ਕਿਹਾ ਪਾਸਟਰ ਜੀ ਕਿ ਏਦਾਂ ਦਾ ਗੱਲ ਆ, ਭਾਬੀ ਜੀ ਨੂੰ ਦੱਸਿਆ, ਭਾਬੀ ਜੀ ਕਹਿੰਦੇ ਕੋਈ ਗੱਲ ਨਹੀਂ, ਘਬਰਾਣਾ, ਪਰਮੇਸ਼ੁਰ ਆਪਣੇ ਸਮੇਂ ਤੇ ਸਭ ਕੁਝ ਕੀ ਕਰੇਗਾ, ਸਹੀ ਕਰੇਗਾ। ਔਰ ਅਸੀਂ ਕੀ ਕਰਦੇ ਗਏ, ਕੰਟੀਨਿਊ ਪ੍ਰਾਰਥਨਾ ਕਰਦੇ ਗਏ। ਪਾਸਟਰ ਜੀ ਦੇ ਨਾਲ ਮਿਲ ਕੇ ਪ੍ਰਾਰਥਨਾ ਕੀਤੀ, ਬੈਠ ਕੇ ਪ੍ਰਾਰਥਨਾ ਕੀਤੀ, ਸੰਗਤ ਵਾਲਿਆਂ ਨੇ ਪ੍ਰਾਰਥਨਾ ਕੀਤੀ, ਪਾਸਟਰ ਜੀ ਨੇ ਜਿੱਥੇ ਜਿੱਥੇ ਕੰਟੈਕਟ ਨੇ ਉੱਥੋਂ ਤੇ ਫੋਨ ਕੀਤਾ, ਇੱਥੋਂ ਤੱਕ ਕਿ ਸਾਰਿਆਂ ਨੂੰ ਗਲੋਰੀ ਟੀਵੀ ਵਾਲੇ ਚੈਨਲ ਵਾਲਿਆਂ ਨੇ ਵੀ ਸਾਡੇ ਲਈ ਪ੍ਰਾਰਥਨਾ ਕੀਤੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰਾਰਥਨਾ ਕੀਤੀ, ਔਰ ਪਰਮੇਸ਼ੁਰ ਨੇ ਇੱਕ ਸਾਨੂੰ
ਗੁੜੀਆ ਦੀ ਦਾਤ ਦਿੱਤੀ ਜਿਹਦਾ ਨਾਮ ਪਲੀਜ਼ ਆਪਣੀ ਵਾਈਫ ਨੂੰ ਕਹਾਂਗਾ ਕਿ ਉਹ ਸੈਫੋਰਾ ਨੂੰ ਲੈ ਕੇ ਔਰ ਨਿਕਨੇਮ ਸ਼ਿਫਾ ਇਹਨੂੰ ਅੱਗੇ ਲੈ ਕੇ ਆਉਣ ਕਿ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦੇ ਪ੍ਰੋਫੈਸ਼ਨ ਨੇ ਬਹੁਤ ਪਿਆਰੀ ਬੱਚੀ ਦਿੱਤੀ ਆ ਔਰ ਸਾਰੇ ਬਹੁਤ ਖੁਸ਼ ਹੈ ਇਸ ਤੋਂ ਔਰ ਕਈ ਇਹਨੂੰ ਕਹਿੰਦੇ ਵੰਡਰਫੁਲ ਔਰ ਕਈ ਕਹਿੰਦੇ ਸ਼ਿਫਾ ਕਈ ਸੈਫੋਰਾ ਕਈ ਭੋਲੋ ਤੋ ਮੈਂ ਪ੍ਰੋਫੈਸ਼ਨ ਦੇ ਇਹਨਾਂ ਨਾਮਾਂ ਦੇ ਲਈ ਧੰਨਵਾਦ ਕਰਦਾ ਔਰ ਮੈਂ ਮਾਸਟਰ ਪ੍ਰਦੀਪ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਬੇ ਜੀ ਉਹਨਾਂ ਦਾ ਸਮੇਂ ਸਮੇਂ ਕਿ ਮੈਨੂੰ ਮਤਲਬ ਪਿੱਕ ਕਰਦੇ ਨੇ ਗਾਈਡ ਕਰਦੇ ਨੇ ਬੱਚਿਆਂ ਦੇ ਦੁਆਰਾ ਕੋਈ ਗੱਲ ਨਹੀਂ ਘਬਰਾਹਟ ਦੀ ਲੋੜ ਨਹੀਂ ਮੈਨੂੰ ਸਿਰਫ ਇੱਕ ਸਾਲ ਹੀ ਹੋਇਆ ਕਈ ਵਾਰੀ ਤੁਹਾਨੂੰ ਪਤਾ ਨਵਾਂ ਨਵਾਂ ਬੰਦਾ ਜਦੋਂ ਬਾਹਰ ਆਏ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਮੈਂ ਧੰਨਵਾਦ ਕਰਨਾ ਉਸ ਪਰਮੇਸ਼ੁਰ ਦਾ ਜਿਨ੍ਹਾਂ ਨੇ ਮੈਨੂੰ ਅੱਛੇ ਰਿਲੇਟਿਵ ਔਰ ਉਸ ਤੋਂ ਵੱਧ ਕੇ ਅਸੀਂ ਪਰਮੇਸ਼ੁਰ ਦੇ ਵਿੱਚ ਇੱਕ ਦੂਸਰੇ ਦਾ ਆਦਰ ਕਰਦੇ ਹਾਂ ਆਮੇਨ ਹਾਲੇਲੂਯਾ ਸੋ ਚਾਹੁੰਦੇ ਹਾਂ ਪਰਮੇਸ਼ੁਰ ਨੇ ਮੇਰੀ ਜ਼ਿੰਦਗੀ 'ਚ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਅਤੇ ਪਹਿਲਾਂ ਤਾਂ ਮੇਰੀ ਜ਼ਿੰਦਗੀ ਨੂੰ ਬਦਲਿਆ ਫਿਰ ਮੇਰੇ ਹਸਬੈਂਡ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਕੰਮ ਕੀਤੇ ਜਿੱਦਾਂ ਉਹ ਡਰਿੰਕ ਕਰਦੇ ਸੀ ਉਹਨਾਂ ਨੂੰ ਚੰਗਾ ਕੀਤਾ ਉੱਦਾਂ ਵੀ ਉਹਨਾਂ ਦੇ ਵਿੱਚ ਬਹੁਤ ਦੁਸ਼ਟ ਆਤਮਾ ਸੀਗੀਆਂ ਉਹ ਪਰ ਪਰਮੇਸ਼ੁਰ ਨੇ ਚੰਗਾ ਕੀਤਾ ਉਹਨਾਂ ਨੂੰ ਅਤੇ ਹੋਰ ਉਹਨੂੰ ਆਪਣੇ ਪਿਆਰ 'ਚ ਲੈ ਕੇ ਆਏ ਅਤੇ ਉਹ ਜਿੱਦਾਂ ਸੀ ਜਿੱਦਾਂ ਕਦੇ ਉਹਨਾਂ ਨੇ ਮੱਥਾ ਵੀ ਨਹੀਂ ਟੇਕਿਆ ਕਿ ਜਿੱਦਾਂ ਮੈਂ ਮੱਥਾ ਟੇਕਦੀ ਹੁੰਦੀ ਜਿੱਦਾਂ ਮੈਂ ਕਹਿਣਾ ਕਿ ਤੁਸੀਂ ਮੱਥਾ ਟੇਕੋ ਉਹਨੇ ਕਹਿਣਾ ਕੋਈ ਰੱਬ ਮੇਰੇ ਦਿਲ 'ਚ ਗਿਆ ਪਰ ਮੈਂ ਧੰਨਵਾਦ ਕਰਦੀ ਹਾਂ ਪਰਮੇਸ਼ੁਰ ਦਾ ਕਿ ਹੁਣ ਉਹ ਬਾਈਬਲ ਵੀ ਪੜ੍ਹਦੇ ਪ੍ਰਾਰਥਨਾ ਵੀ ਕਰਦੇ ਆ ਉਹਨਾਂ ਨੇ ਜਿੱਦਾਂ ਬਾਈਬਲ ਪੜ੍ਹਦੇ ਆ ਨਹੀਂ ਤਾਂ ਉੱਦਾਂ ਕਦੀ ਮੈਂ ਦੇਖਿਆ ਜਿੱਦਾਂ ਮਨ ਨੂੰ ਖੁਸ਼ੀ ਬਹੁਤ ਹੁੰਦੀ ਕਿ ਪਰਮੇਸ਼ੁਰ ਨੇ ਅਤੇ ਪਰਮੇਸ਼ੁਰ ਨੇ ਮੇਰੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਸਕੂਨ ਦਿੱਤਾ ਕਿ ਮੈਂ ਕਹਿਣ 'ਚ ਸ਼ਬਦ ਵੀ ਹੈਗੇ ਵੀ ਕੀ ਕਹਾਂ ਇਸ ਸਾਰੀ ਚੰਗਿਆਈ ਦੇ ਲਈ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦੀ ਕੁਛ ਕੁਛ ਕਹਿਣਾ ਚਾਹੁੰਦੇ Thank you. All right. Sare kaman God bless. Guaniya da mere jeevan ch bahut ne parmeshwar di han par main moti moti gana dena. Jis tarah mainu saal de kareeb ho chuka main parmeshwar de vich aaye nu te itthe mainu ghat ghat 8-9 saal ho gaye jeel de vich aaye nu te 5-6 saal main ik job te kam kita de utthe mere back pain di problem ho gayi shuru te mainu oh kam chhadna paya hai na. ਅਤੇ ਉਦੋਂ ਮੈਂ 6-7 ਮਹੀਨੇ ਮੈਂ ਬਿਨਾਂ ਕੰਮ ਤੋਰਿਆ ਅਤੇ ਹੌਲੀ ਹੌਲੀ ਸਾਡੇ ਲਾਗੇ ਇੱਕ ਰਾਜਾ ਵੀਰ ਮੇਰਾ ਸਾਡੇ ਪਹਿਲੋਂ ਦੇ ਵਿੱਚ ਰਹਿੰਦੇ ਸੀ ਉਹਨਾਂ ਦੀ ਮਦਦ ਨਾਲ ਪਰਮੇਸ਼ੁਰ ਦੀ ਕਿਰਪਾ ਦੇ ਨਾਲ ਮੈਨੂੰ ਕੰਮ ਮਿਲ ਗਿਆ ਨਵਾਂ ਅਤੇ ਮੈਂ ਉਹ ਕੰਮ ਲੈ ਲਿਆ ਅਤੇ ਹੁਣ ਮੈਨੂੰ ਕਦੇ ਬੈਕ ਪੇਨ ਦੀ ਕੋਈ ਪ੍ਰੋਬਲਮ ਨਹੀਂ ਹੋਈ ਮੈਂ ਭਾਰੀ ਕੰਮ ਵੀ ਕਰ ਲੈਂਦਾ ਕਦੇ ਕੋਈ ਪ੍ਰੋਬਲਮ ਨਹੀਂ ਇੱਦਾਂ ਦੀ ਹੋਈ ਮੈਂ ਖੁਦਾਵੰਦ ਦਾ ਬਹੁਤ ਸ਼ੁਕਰ ਕਰਦਾ ਦੂਜੀ ਗਵਾਹੀ ਹੈਗੀ ਕਿ ਮੇਰੇ ਡੈਡ ਅਮੈਰੀਕਾ ਦੇ ਵਿੱਚ 12-13 ਸਾਲ ਤੋਂ ਰਹਿ ਰਿਹਾ ਅਤੇ ਉਹਨਾਂ ਦੀ ਪੇਪਰਾਂ ਦੀ ਕਾਫੀ ਸਮੱਸਿਆ ਸੀ ਅਤੇ ਨਾ ਉੱਥੇ ਪਾਸਪੋਰਟ ਉਹਨਾਂ ਦਾ ਬਣਦਾ ਸੀ ਅਤੇ ਬੜੇ ਦੁਖੀ ਸੀ ਇਹਨਾਂ ਨੇ ਕਦੇ ਇੰਡੀਆ ਦਾ ਪਾਸਪੋਰਟ ਵੀ ਨਹੀਂ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਹਮੇਸ਼ਾ ਅਪਸੈਟ ਰਹਿੰਦੇ ਮੇਰਾ ਦਿਲ ਬੜਾ ਦੁਖੀ ਹੁੰਦਾ ਸੀ ਜਿੱਦਾਂ ਪਰਮੇਸ਼ੁਰ ਦਿਲ ਦੀ ਆਵਾਜ਼ ਨੂੰ ਸੁਣਦੇ ਆ ਅਤੇ ਮੈਂ ਹਮੇਸ਼ਾ ਹੀ ਪ੍ਰਾਰਥਨਾ ਕਰਨੀ ਅਤੇ ਆਪਣੇ ਦਿਲ ਦੇ ਵਿੱਚ ਬੜਾ ਦੁਖੀ ਰਹਿਣਾ ਅਤੇ ਮੈਂ ਗਵਾਹੀ ਦੇਣਾ ਚਾਹੁੰਦਾ ਕਿ ਸਿਰਫ ਮੇਰੇ ਹੀ ਪਰਮੇਸ਼ੁਰ ਦੇ ਵਿੱਚ ਆਉਣ ਨਾਲ ਮੇਰੇ ਡੈਡ ਨੂੰ ਵੀ ਉੱਥੇ ਦਾ ਅਮੈਰੀਕਾ ਦਾ ਪਾਸਪੋਰਟ ਮਿਲ ਗਿਆ ਜਿੱਥੇ ਉਹ ਇੰਡੀਅਨ ਪਾਸਪੋਰਟ ਸੋਚਦੇ ਕਰਦੇ ਸੀ ਮੇਰੇ ਜਿਹੜਾ ਨਵਾਂ ਕੰਮ ਮਿਲਿਆ ਪਰਮੇਸ਼ੁਰ ਦਾ ਅਤੇ ਉਸ ਕੰਮ ਦੇ ਵਿੱਚ ਮੈਨੂੰ ਬਹੁਤ ਬਰਕਤ ਆ ਜਿੱਥੇ ਮੈਂ ਪੁਰਾਣੇ ਕੰਮ ਕਰਦਾ ਹੁੰਦੇ ਉੱਥੇ ਵੀ ਮੇਰੀ ਸੈਲਰੀ ਕਾਫੀ ਹੁੰਦੀ ਸੀ ਪਰ ਮੇਰੇ ਕਦੇ ਪੈਸੇ ਦੇ ਵਿੱਚ ਬਰਕਤ ਨਹੀਂ ਹੁੰਦੀ ਸੀ ਹੁਣ ਜਿਹੜਾ ਮੈਂ ਕੰਮ ਕਰਦਾ ਮੈਂ ਅੱਧੇ ਦਿਨ ਦੇ ਕੰਮ ਕਰਦਾ ਹਾਂ ਅਤੇ ਮੇਰੀ ਓਨੀ ਹੀ ਸੈਲਰੀ ਆ ਅਤੇ ਉਹਦੇ ਵਿੱਚ ਇੰਨੀ ਬਰਕਤ ਹੁੰਦੀ ਆ ਕਿ ਮੇਰੇ ਪੈਸੇ ਕਦੇ ਖਤਮ ਨਹੀਂ ਹੁੰਦੇ ਖੁਦਾ ਦਾ ਬਹੁਤ ਸ਼ੁਕਰ ਸਾਰਿਆਂ ਨੂੰ ਜੈ ਮਸੀਹ ਦੀ ਮੈਂ ਆਪਣੀ ਗਵਾਹੀ ਦੇਣਾ ਚਾਹੁੰਦੀ ਹਾਂ ਕਿ ਪਹਿਲੇ ਇੱਥੇ ਜਿਹੜੇ ਆਏ ਹੋਏ ਸੀ ਮੇਰੇ ਹਸਬੈਂਡ ਸੀ ਰਾਜਨ ਸੀ ਕਿ ਜਦੋਂ ਮੇਰੀ ਮੈਰਿਜ ਹੋਈ ਸੀ ਕਿ ਮੈਂ ਦਿਲ ਵਿੱਚ ਸੋਚਦੀ ਸੀ ਕਿ ਜਦ ਵੀ ਮੈਨੂੰ ਕੋਈ ਜੀਵਨ ਸਾਥੀ ਮਿਲੇ ਇੱਕ ਮਸੀਹੀ ਮਿਲੇ ਕਿ ਮੈਂ ਮਸੀਹ ਪਰਿਵਾਰ ਵਿੱਚ ਹੀ ਜਨਮ ਲਿਆ ਆ ਕੈਥਲਿਕ ਆ ਅਤੇ ਜਦੋਂ ਮੇਰੀ ਮੈਰਿਜ ਹੋਈ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੇ ਮੇਰਾ ਸਹੁਰਾ ਪਰਿਵਾਰ ਆ ਮੰਮੀ ਡੈਡੀ ਹੋਣੀ ਆ ਕਿ ਬਹੁਤ ਜ਼ਿਆਦਾ ਦੁਆ ਪ੍ਰਾਰਥਨਾ ਕਰਦੇ ਸੀ ਅਤੇ ਮੈਨੂੰ ਇਹ ਨਹੀਂ ਸੀ ਕਦੇ ਪਤਾ ਕਿ ਜਿਹਦੇ ਨਾਲ ਮੇਰੀ ਮੈਰਿਜ ਹੋਣੀ ਆ ਵੀ ਉਹ ਕਿੱਦਾਂ ਦੀ ਇਨਸਾਨ ਹੈ ਮੈਂ ਖੁਦਾ 'ਤੇ ਭਰੋਸਾ ਰੱਖ ਕੇ ਉਹਨਾਂ ਨਾਲ ਮੈਰਿਜ ਕਰਵਾਈ ਜਦੋਂ ਮੈਰਿਜ ਹੋ ਗਈ ਤਾਂ ਘਰ ਵਿੱਚ ਆਏ ਅਤੇ ਜਦੋਂ ਮੈਂ ਦੁਆ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਅਤੇ ਉਹਨਾਂ ਨੇ ਮੇਰਾ ਮਜ਼ਾਕ ਉਡਾਉਂਦੇ ਹੁੰਦੇ ਸੀ
ਫਿਰ ਇਸ ਤਰ੍ਹਾਂ ਕਾਫੀ ਸਾਡੀ ਸਮੱਸਿਆ ਸੀ ਕਿ ਸਾਡੀ ਦੋਨਾਂ ਜੀਆਂ ਦੀ ਬਣਦੀ ਨਹੀਂ ਸੀ ਹੈਗੀ ਵੀ ਇਹਨਾਂ ਨੇ ਮੈਨੂੰ ਮੇਰਾ ਮਜ਼ਾਕ ਉਡਾਉਣਾ ਮੈਂ ਖੁਦਾ ਦੇ ਨਾਲ ਨਿਰਾਸ਼ ਹੋਣਾ ਵੀ ਖੁਦਾ ਮੈਂ ਤੇਰੇ ਕੋਲ ਕੀ ਮੰਗਦੀ ਸੀ ਅਤੇ ਇਹ ਮੇਰੇ ਨਾਲ ਤੂੰ ਕੀ ਕੀਤਾ ਮੈਂ ਘਰ ਪਰਿਵਾਰ ਦੇ ਨਾਲ ਤੁਰਨ ਰਹਿਣਾ ਸੀ ਇਸ ਤਰ੍ਹਾਂ ਕਾਫੀ ਉਹਨਾਂ ਨੇ ਮੈਨੂੰ ਮੇਰੇ ਮੰਮੀ ਡੈਡੀ ਬਹੁਤ ਹੀ ਚੰਗੇ ਆ ਮੇਰੇ ਨਾਨਸੀ ਬਹੁਤ ਚੰਗੀ ਉਹਨਾਂ ਨੇ ਮੇਰੇ ਨਾਲ ਦੁਆ ਪ੍ਰਾਰਥਨਾ ਪੈ ਕੇ ਦੁਆ ਪ੍ਰਾਰਥਨਾ ਕਰਨ ਕਿ ਭਾਜੀ ਬਦਲ ਜਾਣਗੇ ਭਾਬੀ ਇਸ ਤਰ੍ਹਾਂ ਹੀ ਅਸੀਂ ਬਹੁਤ ਜ਼ਿਆਦਾ ਦੁਆ ਪ੍ਰਾਰਥਨਾ ਕਰਦੇ ਰਹੇ ਫਿਰ ਹੀ ਮਲੇਸ਼ੀਆ ਰਹਿੰਦੇ ਹੁੰਦੇ ਸੀ ਪਹਿਲਾਂ ਉੱਥੇ ਇਹਨਾਂ ਨੇ ਪਾਠ ਸ਼ੁਰੂ ਕਰਨਾ ਜਦੋਂ ਅਸੀਂ ਘਰ ਆਪਣੇ ਘਰ ਵਿੱਚ ਹੀ ਸਤਸੰਗ ਕਰਨਾ ਕਰਦੇ ਹੁੰਦੇ ਸੀ ਮੇਰੇ ਮੰਮੀ ਡੈਡੀਆਂ ਨੇ ਇਹਨਾਂ ਨੇ ਆਪਣੇ ਜਦੋਂ ਆਏ ਸੀ ਇਹਨਾਂ ਨੇ ਆਪਣੇ ਕਮਰੇ ਵਿੱਚ ਪਾਠ ਸ਼ੁਰੂ ਕਰਨਾ ਟੀ ਵੀ ਦੀ ਆਵਾਜ਼ ਬਹੁਤ ਜ਼ਿਆਦਾ ਉੱਚੀ ਕਰਨੀ ਸਾਡਾ ਮਜ਼ਾਕ ਜਾਣ ਉਡਾਉਣਾ ਵੀ ਮੈਂ ਬਾਅਦ ਵਿੱਚ ਲੜਕਿਆਂ ਦੇ ਵਿੱਚ ਖੜਾ ਹੋਣਾ ਲੋਕ ਮੈਨੂੰ ਕੀ ਸਾਈ ਸਾਈ ਕਹਿੰਦੇ ਰਹਿੰਦੇ ਨੇ ਇਸ ਕਰਕੇ ਇਹਨਾਂ ਨੇ ਅਸੀਂ ਕਾਫੀ ਪਰਿਵਾਰ ਦੀ ਦੁਆ ਪ੍ਰਾਰਥਨਾ ਕਰਦੇ ਕਿ ਫਿਰ ਇਹਨਾਂ ਨੇ ਮੇਰੇ 'ਤੇ ਇੱਕ ਸਵਾਲ ਕਰ ਦਿੱਤਾ ਕਿ ਮੈਂ ਇਹਨਾਂ ਨੂੰ ਦੁਆ ਪ੍ਰਾਰਥਨਾ ਕਰਨੀ ਕਿ ਤੁਸੀਂ ਵੀ ਬਦਲ ਜਾਓ ਅਸੀਂ ਦੁਆ ਪ੍ਰਾਰਥਨਾ ਕਰੀਏ ਸਾਡੇ ਮੰਮੀ ਡੈਡੀ ਦੁਆ ਪ੍ਰਾਰਥਨਾ ਕਰਦੇ ਫਿਰ ਇਹਨਾਂ ਨੇ ਕਿਹਾ ਕਿ ਜੇ ਤੁਹਾਡਾ ਖੁਦਾ ਆ ਗਿਆ ਤਾਂ ਖੁਦਾ ਨੂੰ ਕਿਹਾ ਕਿ ਮੈਨੂੰ ਬੇਟੀ ਦਾ ਦਾਨ ਦੇ ਮੈਂ ਫਿਰ ਕਿ ਅੰਜਲੀ ਖੁਦਾ ਦੇ ਵਿੱਚ ਆਵਾਂਗਾ ਅਤੇ ਇਹ ਤਾਂ ਬਹੁਤ ਵੱਡਾ ਤੁਹਾਨੂੰ ਪਤਾ ਕਿ ਜੋ ਖੁਦਾ ਨੇ ਦੇਣਾ ਉਹੀ ਜਾਂ ਸਾਡੇ ਹੱਥ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਇਸ ਕਰਕੇ ਮੈਨੂੰ ਬੜੀ ਪਰੇਸ਼ਾਨੀ ਰਹਿਣੀ ਜਦੋਂ ਵੀ ਇਹਨਾਂ ਨੇ ਕੋਈ ਗੱਲ ਕਰਨੀ ਖੁਦਾ ਨੇ ਚਲੋ ਖੁਦਾ ਨੇ ਕਿਰਪਾ ਕੀਤੀ ਅਤੇ ਜਦ ਇਹਨਾਂ ਨੇ ਮੈਨੂੰ ਇਹੀ ਹਰ ਤਾਂ ਗੱਲ ਕਹਿਣੀ ਕਹਿਣੀ ਕਿ ਜੇ ਤਾਂ ਬੇਟੀ ਹੋਏਗੀ ਨਾ ਤਾਂ ਤੈਨੂੰ ਤਾਂ ਮੇਰੇ ਮੈਂ ਕਨਵਾਂ ਸ਼ਹਿਰ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਵੀ ਤੂੰ ਉਸ ਦਿਨ ਹੀ ਕਨਵਾਂ ਚਲੀ ਜਾਏਗੀ ਆਪਣੇ ਮੰਮੀ ਪਾਪਾ ਦੇ ਕੋਲ ਜਿਸ ਦਿਨ ਮੇਰੇ ਮੰਮੀ ਪਾਪਾ ਸਾਸ ਸੋੜੇ ਉਨੀ ਵੀ ਲੈ ਕੇ ਜਾ ਰਹੇ ਸੀ ਹੋਸਪਿਟਲ ਮੈਂ ਇਹਨਾਂ ਨੂੰ ਬੁਲਾਇਆ ਵੀ ਇਸ ਕਰਕੇ ਮੈਂ ਇਹਨਾਂ ਨੂੰ ਬਹੁਤ ਸ਼ੈਤਾਨੀ ਚੱਕੜਿਆ ਹੋਇਆ ਕਿ ਬਹੁਤ ਕੌੜੇ ਸੁਭਾਅ ਦੇ ਸੀ ਇਹਨਾਂ ਨੇ ਮੈਨੂੰ ਆਪਣੇ ਮੈਂ ਮੰਮੀ ਡੈਡੀ ਨੂੰ ਦੱਸਿਆ ਕਿ ਮੈਨੂੰ ਪ੍ਰੋਬਲਮ ਆ ਉਹਨਾਂ ਦੀ ਉਹਨਾਂ ਨੇ ਗੱਡੀ ਮੁਕਵਾਈ ਮੈਨੂੰ ਲੈ ਕੇ ਜਾ ਰਹੇ ਸੀ ਮੈਂ ਫਿਰ ਵੀ ਦਿਲ ਵਿੱਚ ਕਿਹਾ ਕਿ ਫਿਰ ਵੀ ਮੇਰੇ ਹਸਬੈਂਡ ਮੈਂ ਇਹਨਾਂ ਨੂੰ ਉਠਾ ਲਿਆ ਇਹਨਾਂ ਨੇ ਮੈਨੂੰ ਅੱਗੇ ਉਹੀ ਸਵਾਲ ਕੀਤਾ ਕਿ ਅੰਜਲੀ ਜੇ ਬੇਟੀ ਹੋਏਗੀ ਨਾ ਤੀ ਆਪਣੀ ਪੈਕਿੰਗ ਕਰਕੇ ਜਾਏਗੀ ਤੂੰ ਸਿੱਧੀ ਕਨਵਾਂ ਨਹੀਂ ਜਾਏਗੀ ਮੈਨੂੰ ਖੁਦਾ 'ਤੇ ਵਿਸ਼ਵਾਸ ਹੀ ਮੈਂ ਕਦੀ ਵੀ ਦਿਲ ਨਹੀਂ ਤੋੜਦੀ ਕਿ ਖੁਦਾ ਮੈਨੂੰ ਕਦੀ ਵੀ ਇੱਦਾਂ ਦਾ ਕੰਮ ਨਹੀਂ ਕਰੇਗਾ ਕਿ ਮੈਂ ਕਦੀ ਵੀ ਮੈਨੂੰ ਖੁਦਾ ਬੇਟੀ ਨਹੀਂ ਦੇਗੀ ਖੁਦਾ ਆਪਣੀ ਬੱਚੀ ਦੀ ਜ਼ਰੂਰ ਕਿਰਪਾ ਕਰੇਗਾ ਇਸ ਕਰਕੇ ਪ੍ਰਭੂ ਨੇ ਮੈਨੂੰ ਇੱਕ ਬੇਟੇ ਦੀ ਦਾਤ ਦਿੱਤੀ ਮੈਂ ਖੁਦਾ ਦਾ ਬਹੁਤ ਅਤੇ ਨਾਲ ਹੀ ਇਹ ਬਦਲ ਗਈ ਇੰਨਾ ਕੁ ਬਦਲੀ ਹੈ ਕਿ ਮੈਂ ਜਿਸ ਤਰ੍ਹਾਂ ਅਸੀਂ ਦੋਨੇ ਜਣੇ ਰਾਤ ਨੂੰ ਦੁਆ ਪ੍ਰਾਰਥਨਾ ਸਵੇਰੇ ਕਰਦੇ ਹਾਂ ਮੈਂ ਚਾਹੁੰਦੀ ਕਿ ਜਿੰਨੀ ਵੀ ਕੋਈ ਮੇਰੀ ਭੈਣ ਹੈ ਭਰਾ ਵਾ ਦੋਨਾਂ ਦੀ ਜ਼ਿੰਦਗੀ ਜਿੱਦਾਂ ਦੀ ਸਾਡੀ ਆ ਹਰ ਕਿਸੇ ਦੀ ਹੋਵੇ ਇੱਦਾਂ ਹੀ ਦੁਆ ਪ੍ਰਾਰਥਨਾ ਕਰੇ ਪਿਤਾ ਪਰਮੇਸ਼ਰ ਨੇ ਮੇਰੇ 'ਤੇ ਬਹੁਤ ਰਹਿਮ ਕੀਤੀ ਆ ਅੱਜ ਮੈਂ ਆਪਣੀ ਸਿਸਟਰ ਦੀ ਗਵਾਹੀ ਦੇਣਾ ਚਾਹੁੰਦੀ ਹਾਂ ਮੇਰੇ ਤੋਂ ਵੱਡੇ ਸੀ ਉਹਨਾਂ ਦੀ 8 ਸਾਲ ਮੈਰਿਜ ਨੂੰ ਹੋ ਚੁੱਕੇ ਸੀ ਜਦੋਂ ਮੇਰੀ ਮੰਗਣੀ ਹੋਈ ਸੀ ਅਤੇ ਫਿਰ ਮੇਰੇ ਡੈਡੀ ਕਿ 16 ਸਾਹਿਬ ਆਉਂਦੇ ਹੁੰਦੇ ਸੀ ਸਾਡੇ ਘਰ ਇੱਕ ਦਿਨ ਉਹ ਆਏ ਅਤੇ ਫਿਰ ਮੇਰੀ ਸਿਸਟਰ ਨੂੰ ਪੁੱਛਣ ਲੱਗੇ ਅਤੇ ਕਹਿੰਦੇ ਕਿ ਬੇਟਾ ਤੇਰੇ ਕੀ ਬੱਚੇ ਮੈਂ 1-2 ਵਾਰੀ ਆਇਆ ਹੈ ਅਤੇ ਤੁਹਾਨੂੰ ਤੁਸੀਂ ਇਕੱਲੇ ਇੱਥੇ ਹੁੰਦੇ ਹੋ ਮੇਰੇ ਦੀਦੀ ਜਾਦੀ ਰੋਣ ਲੱਗ ਪਏ ਵੀ ਡੈਡੀ ਜੀ ਮੇਰਾ ਬੱਚਾ ਕੋਈ ਹੈ ਮੇਰੀ 8 ਸਾਲ ਮੈਰਿਜ ਨੂੰ ਹੋ ਚੁੱਕੇ ਆ ਮੇਰੇ ਡੈਡੀ ਉਹਨਾਂ ਨੇ ਕਿਹਾ ਕਿ ਕੀ ਗੱਲ ਆ ਫਿਰ ਉਹਨਾਂ ਨੇ ਆਪਣੀ ਦੱਸੀ ਪਿਛਲੀ ਕਹਾਣੀ ਸੱਸ ਸਹੁਰੇ ਦੀ ਕਿ ਉਹ ਬਾਬਿਆਂ ਨੂੰ ਆਉਂਦੇ ਸੀ ਬਾਬੇ ਬਾਲਕ ਨਾਥ 'ਤੇ ਜਾਂਦੇ ਸੀ ਪੀਰ ਨਿਗਾਹੇ 'ਤੇ ਜਾਂਦੇ ਸੀ ਜੀਜਾ ਜੀ ਗਰੀਸ ਰਹਿੰਦੇ ਸੀ 8 ਸਾਲ ਤੋਂ ਕਿ ਇੱਦਾਂ ਹੀ ਆਉਂਦੇ ਹੁੰਦੇ ਸੀ 2 ਮਹੀਨੇ ਬਾਬਿਆਂ ਦੇ ਘੁੰਮਦੇ ਰਹਿਣਾ ਭੋਗਪੁਰ ਦੇ ਲਾਗੇ ਬਾਬਾ ਸੀ ਇੱਕ ਉਹਨਾਂ ਨੇ 50,000 ਰੁਪਈਆ ਮੰਗਿਆ ਸੀ ਅਤੇ ਉਹ ਫਿਰ ਜੀਜਾ ਜੀ ਉਹਨੇ ਗਰੀਸ ਰਹਿੰਦੇ ਸੀ ਉਹਨਾਂ ਨੇ ਕਿਹਾ ਕਿ ਚੱਲ ਥੋੜ੍ਹਾ ਸਾਨੂੰ ਕੁਛ ਪਤਾ ਚੱਲੇ ਅਸੀਂ ਫਿਰ ਬਾਬੇ ਨੂੰ ਦੇਵਾਂਗੇ ਅਤੇ 50,000 ਰੁਪਇਆ ਮੰਗਿਆ ਫਿਰ ਟਾਂਡੇ ਦੇ ਲਾਗੇ ਭੂਲ ਪੋੜਾ ਉਹਨਾਂ ਨੇ ਵੀ ਕਾਫੀ 25,000 'ਤੇ ਇੱਕ ਰਿੰਗ ਮੰਗੀ ਸੀ ਇੱਦਾਂ ਹੀ ਉਹਨਾਂ ਨੇ ਆਉਣਾ ਅਤੇ ਕਾਫੀ ਪਰੇਸ਼ਾਨ ਹੋ ਕੇ ਅਤੇ ਚਲੇ ਜਾਣਾ ਮੇਰੇ ਮੰਮੀ ਡੈਡੀ ਵੀ ਇੰਨੀ ਕੁ ਪਰੇਸ਼ਾਨੀ ਸੀ ਕਿ ਆਪਾਂ 5 ਭੈਣ ਭਰਾ ਸੀ ਅਸੀਂ ਬਹੁਤ ਜ਼ਿਆਦਾ ਰੋਂਦੇ ਸੀ ਕਿ ਹੱਦ ਨਾਲ ਵੱਧ ਕੇ ਸਾਡੀ ਦੀਦੀ ਨੇ ਜਦੋਂ ਪਿੱਟਣਾ ਕਿ ਪ੍ਰਭੂ ਇਹ ਤੂੰ ਕੀ ਕਰਦਾ ਆ ਫਿਰ ਹੀ ਮੇਰੇ ਡੈਡੀ ਉਹਨਾਂ ਦੇ ਨਾਲ ਜਾਂਦੀ ਸੀ 8 ਸਾਲ ਤੋਂ ਮੁਲਾਕਾਤ ਹੋਈ ਡੈਡੀ ਉਹਨਾਂ ਨੇ ਕਿਹਾ ਬੇਟਾ ਤੈਨੂੰ ਖੁਦਾ 'ਤੇ ਵਿਸ਼ਵਾਸ ਆ ਮੇਰੇ ਦੀਦੀ ਕਹਿੰਦੇ ਵਿਸ਼ਵਾਸ ਆ ਫਿਰ ਡੈਡੀ ਉਹਨਾਂ ਨੇ ਦੱਸਿਆ ਕਿ ਤੂੰ ਇੱਕ ਦਬਾਅ ਬਾਈਬਲ ਲੈ ਅਤੇ ਬਾਈਬਲ ਵਿੱਚ ਦਬਾਅ ਪ੍ਰਾਰਥਨਾ ਕਰਿਆ ਕਰ ਖੁਦਾ ਤੈਨੂੰ ਇੱਕ ਦਿਨ ਜ਼ਰੂਰ ਬੱਚਾ ਦੇਗਾ ਤੂੰ ਕਦੀ ਵੀ ਇੱਦਾਂ ਦਾ ਹੋਏਗੀ ਫਿਰ ਉਹਨਾਂ ਨੇ ਕਾਫੀ ਚਿਰ ਦਬਾਅ ਪ੍ਰਾਰਥਨਾ ਕੀਤੀ 8 ਦੀ ਗੱਲ ਆ ਫਿਰ ਉਹਨਾਂ ਨੇ 3-4 ਸਾਲ ਦਬਾਅ ਪ੍ਰਾਰਥਨਾ ਕੀਤੀ ਫਿਰ 2011 ਵਿੱਚ ਫਿਰ ਮੇਰੇ ਜੀਜਾ ਜੀ ਗਰੀਸ 'ਚੋਂ ਆਏ ਕਿ ਪ੍ਰਭੂ ਨੇ ਮੈਨੂੰ ਵੀ ਉਦੋਂ ਬੇਟਾ ਦੇ ਦਿੱਤਾ ਸੀ 11 ਵਿੱਚ ਫਿਰ ਉਹ ਆਏ ਫਿਰ ਉਹ ਕਰ ਰਹੇ ਇੱਥੇ ਫਿਰ ਉਹਨਾਂ ਨੇ ਵੀ ਦਬਾਅ ਪ੍ਰਾਰਥਨਾ ਸ਼ੁਰੂ ਕੀਤੀ ਕਾਫੀ ਕਿ ਉਹਦਾ ਸੱਸ ਸਹੁਰਾ ਨਹੀਂ ਸੀ ਉਹਦੇ ਨਾਲ ਬੋਲਦੀ ਹੁੰਦੀ ਉਹਦੀ ਨਾਨਾ ਸੀ ਨੌਜਵਾਨ ਉਹਨਾਂ ਨੇ ਵੀ ਆਪਣੀ ਭਾਬੀ ਨਾਲ ਬੋਲਣਾ ਛੱਡ ਦਿੱਤਾ ਉਹਦੇ ਮੰਮੀ ਡੈਡੀ ਨੇ ਵੀ ਵੱਖ ਕਰ ਦਿੱਤਾ ਕਿ ਜੇ ਤੂੰ ਸਾਡੇ ਇੱਥੇ ਪਿੰਡ ਵਿੱਚ ਅਕਮਾਨ ਕਰਨਾ ਜਲੂਸ ਕਢਾ ਰਹੀ ਹੈ ਇੱਦਾਂ ਦੇ ਬੋਲਦੇ ਹੁੰਦੇ ਸੀ ਪਿੰਡ ਦੇ ਲਫ਼ਜ਼ ਅਤੇ ਇਸ ਕਰਕੇ ਤੂੰ ਵੱਖਰੀ ਹੋ ਜਾ ਮੇਰੇ ਦੀਦੀ ਇਕੱਲੇ ਹੀ ਆਪਣੇ ਘਰ ਵਿੱਚ ਕੋਠੀ 'ਚ ਰਹਿੰਦੇ ਹੁੰਦੇ ਸੀ ਕਿ ਉਹਨਾਂ ਨੇ ਕਾਫੀ ਦਬਾਅ ਪ੍ਰਾਰਥਨਾ ਕੀਤੀ ਫਿਰ 2011 ਸਾਲ ਬਾਅਦ ਉਹ ਮੇਰੀ ਦੀਦੀ ਨੂੰ ਖੁਦਾ ਨੇ 2 ਬੇਟੇ ਦਿੱਤੇ ਪ੍ਰਭੂ ਦਾ ਇੰਨਾ ਸ਼ੁਕਰ ਅਤੇ ਧੰਨਵਾਦ ਕੀਤਾ।
ਜਿਹੜੀ ਮੁੰਡੇ ਦੀ ਹੀ ਬਰਕਤ ਖੁਦਾ ਲਓ ਇਹ ਆਪਣੇ ਦਿਮਾਗ ਦੇ ਵਿੱਚ ਪੜਨਾ ਕਿਉਂਕਿ ਬਰਕਤ ਜਿਹੜੀ ਹਮੇਸ਼ਾ ਜਿਹੜੀ ਆ ਸੰਤਾਨ ਦੀ ਪ੍ਰਭੂ ਯਿਸੂ ਵੱਲੋਂ ਚਾਹੇ ਮੁੰਡਾ ਚਾਹੇ ਇਸਦੇ ਨਾਲ ਹੀ ਸਾਡਾ ਭੈਣ ਭਰਾ ਹੈ ਅਤੇ ਕੋਈ ਆਪਣੀ ਗਵਾਹੀ ਦੇਣਾ ਚਾਹੁੰਦਾ ਇਸਦੇ ਜੀਵਨ ਦੇ ਵਿੱਚ ਹਾਂਜੀ ਆ ਸਕਦੇ ਮੇਰੇ ਵੱਲੋਂ ਸਾਰੇ ਕਿੰਨੇ ਭਾਈ ਭੈਣ ਆਏ ਆ ਜੈਮਸੀ ਦੀ ਮੇਰਾ ਨਾਮ ਰਾਜਾ ਵਾ ਮੈਂ ਕਪੂਰਥਲਾ ਡਿਸਟ੍ਰਿਕਟ ਦਾ ਰਹਿਣ ਵਾਲਾ ਤਾਂ ਮੈਂ ਕਾਫੀ ਟਾਈਮ ਪਹਿਲਾਂ ਮਸੀਹ ਦੇ ਵਿੱਚ ਆ ਚੁੱਕਿਆ ਸੀ ਪਰ ਮਸੀਹ ਦੇ ਵਿੱਚ ਨਾ ਤਾਂ ਮਸੀਹ ਸੀ ਮੈਂ ਪਰ ਮੇਰੇ 'ਚ ਉਹ ਗੱਲ ਨਹੀਂ ਸੀ ਹੈਗੀ ਜੋ ਪਰਮੇਸ਼ੁਰ ਦੇ ਵਿੱਚ ਆਉਣ ਤੋਂ ਬਾਅਦ 'ਚ ਹੋਣੀ ਚਾਹੀਦੀ ਮੈਂ ਕਾਫੀ ਟਾਈਮ ਪਹਿਲਾਂ ਪਰਮੇਸ਼ੁਰ ਨੂੰ ਕਬੂਲ ਕੀਤਾ ਪਰ ਪਰਮੇਸ਼ੁਰ ਮੇਰੇ ਤੋਂ ਦੂਰ ਸੀ ਕਿਉਂਕਿ ਮੇਰੀਆਂ ਜਿਹੜੀਆਂ ਗਲਤੀਆਂ ਸੀ ਮੈਂ ਜਿਹੜੇ ਕੰਮ ਕਰਦਾ ਸੀ ਉਹ ਮੇਰੇ ਪਰਮੇਸ਼ੁਰ ਨੂੰ ਕਬੂਲ ਨਹੀਂ ਸੀ ਹੈਗੀ ਕਿਉਂਕਿ ਉਹ ਕਹਿੰਦਾ ਜਦੋਂ ਤੂੰ ਮੇਰੇ ਵਿੱਚ ਆਉਂਦਾ ਤਾਂ ਸਭ ਪੁਰਾਣੀਆਂ ਚੀਜ਼ਾਂ ਨੂੰ ਛੱਡ ਦੇ ਤਾਂ ਉਹਦੇ ਬਾਅਦ 'ਚ ਮੈਂ ਬਾਹਰ ਆ ਗਿਆ ਇੱਥੇ 3.5 ਸਾਲ ਮੈਂ ਇੱਦਾਂ ਭੜਕਿਆ ਨਾ ਕਿ ਮੈਂ ਖੇਤੀ ਦਾ ਕੰਮ ਕੀਤਾ ਭੇਡਾਂ ਚਾਰੀਆਂ ਫਿਰ ਇੱਥੋਂ ਤੱਕ ਕਿ ਮੈਂ ਦੁਖੀ ਹੋ ਗਿਆ ਸੀ ਮੇਰੇ ਨਾਲ ਦੇ ਮੁੰਡੇ ਪਰ ਮੈਂ ਪ੍ਰਾਰਥਨਾ ਜ਼ਰੂਰ ਕਰਦਾ ਹੁੰਦਾ ਪਰਮੇਸ਼ੁਰ ਨੂੰ ਕਿਉਂਕਿ ਇੱਕ ਰੂਟੀਨ ਬਣਾਈ ਸੀ ਕਿ ਮੈਂ ਰੋਜ਼ ਸਵੇਰੇ ਸ਼ਾਮ ਪ੍ਰਾਰਥਨਾ ਕਰਨੀ ਆ ਪਰ ਮੈਂ ਭੜਕਿਆ ਪਿਆ ਸੀ ਤਾਂ ਮੇਰੇ ਕਲੋਜ ਰਹਿੰਦੇ ਆ ਮੇਰੇ ਦੋਸਤ ਆ ਮੇਰੇ ਲਈ ਉਹ ਰੱਬ ਸਮਾਨ ਆ ਠੀਕ ਆ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਕਿ ਤੂੰ ਮੇਰੇ ਨਾਲ ਸਾਡੇ ਘਰੇ ਬੰਦਗੀ ਹੁੰਦੀ ਆ ਤੂੰ ਸਾਡੇ ਘਰੇ ਆ ਤਾਂ ਮੈਂ ਉਹਨਾਂ ਦੇ ਘਰੇ ਬਹੁਤ ਵਾਰੀ ਉਹਨਾਂ ਟਾਲਿਆ ਮੈਂ ਕਿਹਾ ਨਹੀਂ ਭਾਅ ਜੀ ਮੇਰੇ ਕੋਲ ਨਹੀਂ ਜਾਣਾ ਮੈਂ ਜਾਂਦਾ ਵੀ ਕੋਸ਼ਿਸ਼ ਕਰਨ ਦੀ ਪਰ ਮੈਨੂੰ ਸ਼ੈਤਾਨ ਨੇ ਜਾਣ ਨਹੀਂ ਦਿੱਤਾ ਕਿਉਂਕਿ ਮੇਰੀ ਜ਼ਿੰਦਗੀ 'ਚ ਮੈਂ ਜਾਣਦਾ ਕਿ ਮੇਰੇ ਪਰਮੇਸ਼ੁਰ ਦੀ ਬਹੁਤ ਵੱਡੀ ਯੋਜਨਾ ਵਾ ਜੋ ਮੇਰੇ ਕੋਲ ਅਭਿਸ਼ੇਕ ਆ ਉਹ ਆਮ ਲੋਕਾਂ ਕੋਲ ਅਭਿਸ਼ੇਕ ਨਹੀਂ ਹੈਗਾ ਪਰ ਮੇਰੇ ਮੈਂ ਉਹਨਾਂ ਦੇ ਘਰੇ ਗਿਆ ਤਾਂ ਮੇਰੇ ਆਤਮਿਕ ਪਿਤਾ ਭਾਅ ਪ੍ਰਦੀਪ ਉਹਨਾਂ ਨੇ ਮੈਨੂੰ ਉੱਥੇ ਗਾਈਡ ਕੀਤਾ ਇਹਨਾਂ ਨੇ ਇੱਕ ਹੀ ਗੱਲ ਕਹੀ ਰਾਜੇ ਤੂੰ ਕਲੀਸੀਆ ਦੇ ਵਿੱਚ ਆਉਣਾ ਸ਼ੁਰੂ ਕਰਦੇ ਸਭੇ ਰਸਤੇ ਖੁੱਲ੍ਹ ਜਾਣਗੇ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਵਾਂ ਖੁਦਾ ਨੇ ਅੱਜ ਮੇਰੇ 'ਤੇ ਕਿਰਪਾ ਕੀਤੀ ਹੈ ਕੰਮ ਕਾਰ ਵੀ ਮੇਰਾ ਸੋਹਣਾ ਵਾਂ ਆਮੇਨ ਅਤੇ ਪਰਮੇਸ਼ੁਰ ਦੇ ਵਿੱਚ ਚੱਲ ਵੀ ਰਿਹਾ ਵਾਂ ਉਸ ਤਰੀਕੇ ਨਾਲ ਚੱਲੇ ਕਿ ਜਿਸ ਤਰ੍ਹਾਂ ਪਰ ਮੈਂ ਧੰਨਵਾਦ ਕਰਦਾ ਖੁਦਾ ਦਾ ਅਤੇ ਆਪਣੇ ਆਤਮਿਕ ਪਿਤਾ ਦਾ ਜਿਹਨੇ ਗਿਆਨ ਦੁਆਰਾ ਪਰਚਨ ਦੁਆਰਾ ਮੇਰੀ ਜ਼ਿੰਦਗੀ ਨੂੰ ਬਦਲਿਆ ਜਿਸ ਤਰ੍ਹਾਂ ਮੇਰੀ ਜ਼ਿੰਦਗੀ ਬਦਲੀ ਆ ਮੈਂ ਚਾਹੁੰਦਾ ਕਿ ਸਭ ਲੋਕਾਂ ਦੀ ਜ਼ਿੰਦਗੀ ਬਦਲੇ ਸਭ ਲੋਕ ਕਹਿਣ ਕਿ ਸੱਚਮੁੱਚ ਪਰਮੇਸ਼ੁਰ ਜ਼ਿੰਦਾ ਪਰਮੇਸ਼ੁਰ ਹੈ ਉਹ ਸਾਡੀ ਜ਼ਿੰਦਗੀਆਂ 'ਚ ਕੰਮ ਕਰਦਾ ਵਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਤੋਂ 3 ਸਾਲ ਪਹਿਲੇ ਮੈਂ ਇੱਥੇ ਆਇਆ ਸੀ ਇੱਕ ਇਹਦੇ ਵਿੱਚ ਪ੍ਰੋਗਰਾਮ ਹੋਇਆ ਸੀ ਉੱਥੇ ਅਰਦਾਸ ਕੀਤੀ ਕਿ ਮੈਂ ਹਰ ਵਾਰੀ ਮੇਰੇ 'ਤੇ ਕੇਸ ਚੱਲਦਾ ਪਿਆ ਸੀ ਇੰਡੀਆ ਜਾਣ ਦਾ ਮੈਂ ਇੰਡੀਆ ਨਹੀਂ ਜਾ ਸਕਦਾ ਜਦੋਂ ਮੈਂ ਟਰਾਈ ਕਰਨੀ ਅਤੇ ਕੇਸ ਫੋਨ ਲਾਉਣਾ ਇੰਡੀਆ 'ਤੇ ਕੋਈ ਨਾ ਕੋਈ ਤਰੀਕ ਪਈ ਹੁੰਦੀ ਸੀ ਅਤੇ ਇਸ ਕਰਕੇ ਮੈਂ ਇੰਡੀਆ ਨਹੀਂ ਜਾ ਸਕਦਾ ਕਚਹਿਰੀ ਵਿੱਚ ਬੰਦੇ ਭੇਜਣੇ ਕੇਸ ਕਲੀਅਰ ਕਰਨ ਵਾਸਤੇ ਪਰ ਕੇਸ ਨਹੀਂ ਕਲੀਅਰ ਹੁੰਦਾ ਬਹੁਤ ਖਰਚਾ ਕੀਤਾ ਨਾਲੇ ਪੈਸੇ ਲਾ ਕੇ ਦੇਖਦੇ ਪਰ ਕੰਮ ਨਹੀਂ ਸੀ ਬਣਦਾ ਫਿਰ ਇੱਥੇ ਆਇਆ ਇੱਥੇ ਭਾਅ ਜੀ ਨੂੰ ਬੁਲਾਇਆ ਇੱਥੇ ਅਰਦਾਸ ਕੀਤੀ ਅਤੇ ਕੁਛ ਸਮੇਂ ਬਾਅਦ ਫੋਨ ਲਾਇਆ ਅਤੇ ਸਭ ਕੁਛ ਕਲੀਅਰ ਹੋ ਗਿਆ ਪਰ ਇਸ ਗੱਲ ਦਾ ਸਾਨੂੰ ਵੀ ਨਹੀਂ ਪਤਾ ਸੀ ਕਿ ਕਲੀਅਰ ਹੋਇਆ ਕਿ ਫਿਰ ਬਾਅਦ ਵਿੱਚ ਸਾਨੂੰ ਖੁਦ ਨੂੰ ਲੱਗਾ ਪਤਾ ਵੀ ਕਿਸ ਟਾਈਮ ਨੂੰ ਕਲੀਅਰ ਹੋ ਗਿਆ ਫਿਰ ਇੰਡੀਆ ਕੇ ਬੜਾ ਸੋਹਣਾ ਕਿਸੇ ਨੇ ਸਾਡਾ ਕੇਸ ਬੋਲਿਆ ਨਹੀਂ ਕੁਛ ਨਹੀਂ ਕੀਤਾ ਹੈਗਾ ਅਸੀਂ ਡਰਦੇ ਸੀ ਫਿਰ ਵੀ ਇੱਕ ਮਹੀਨਾ ਮੈਂ ਫਿਰ ਵੀ ਬਾਹਰ ਰਿਹਾ ਹੈਗਾ ਇੰਡੀਆ ਗਿਆ ਅਤੇ ਪਿੰਡ ਵਿੱਚ ਕੁਛ ਕਿਆਤਨਾ ਕਰਦੇ ਕਿਉਂਕਿ ਪੰਚਾਇਤ ਦੇ ਵਿੱਚ ਬਹੁਤ ਰੋੜਾ ਸੀ ਫਿਰ ਮੈਂ ਬਾਅਦ ਵਿੱਚ ਘਰ ਗਿਆ ਵੀ ਕੋਈ ਨਹੀਂ ਇੱਦਾਂ ਦੀ ਪ੍ਰੋਬਲਮ ਆਈ ਬੜਾ ਵਧੀਆ ਵਿਆਹ ਵੀ ਕਰਵਾਇਆ ਫੈਮਿਲੀ ਸੱਦੀ ਇੱਥੇ ਬੜਾ ਵਧੀਆ ਸਹੀ ਹੈ ਜੀ ਹਾਲੇਲੂਇਆ ਮੈਂ ਥੋੜ੍ਹਾ ਜਿਹਾ ਕਲੀਅਰ ਕਰਨਾ ਚਾਹੁੰਦਾ ਇਸ ਦੀ ਗਵਾਹੀ ਬੈਠ ਸਕਦਾ ਮੈਂ ਇੱਕ ਮਿੰਟ ਹਾਂਜੀ ਜਦੋਂ 3 ਸਾਲ ਪਹਿਲਾਂ ਆਏ ਸੀਗੇ ਇਹਨਾਂ ਨੇ ਕਾਫੀ ਆਪਣਾ ਦੱਸਿਆ ਸੀ ਕਿ ਇੱਦਾਂ ਨਹੀਂ ਜਾ ਸਕਦੇ ਇਹਨਾਂ ਦੀ ਮਾਤਾ ਜੀ ਸੀਗੇ ਜਿਹੜੇ ਅਤੇ ਉਹ ਕਾਫੀ ਪਰੇਸ਼ਾਨ ਸੀ ਹੁੰਦੀ ਸੀ ਸਾਡਾ ਬੱਚਾ ਵੀ ਇਹਨਾਂ ਨੂੰ ਬਹਿਣਾ ਵੀ ਹੈ ਕੰਮ ਸਭ ਕੁਛ ਕਰਨਾ ਅਤੇ ਉਹਨਾਂ ਨੂੰ ਦੱਸਿਆ ਗਿਆ ਅਤੇ ਉਹਨਾਂ ਨੇ ਬੜੇ ਵਿਸ਼ਵਾਸ ਦੇ ਨਾਲ ਆਏ ਜੀ ਅਤੇ ਇਹਨਾਂ ਨੇ ਪ੍ਰਾਰਥਨਾ ਕਰਵਾਈ ਉਹ ਪ੍ਰਾਰਥਨਾ ਸੀ ਜਿਹੜੀ ਜਦੋਂ ਮੀਟਿੰਗ ਹੋਈ ਸੀ ਸਾਡੇ ਵਿੱਚ ਅੱਜ ਵੀ ਮੌਜੂਦ ਨੇ ਸਾਡੇ ਆਪਣੇ ਪਾਪਾ ਪੀਟਰ ਅਸਟਿਕ ਪੀਟਰ ਜੀ ਅਤੇ ਉਹਨਾਂ ਨੇ ਇਸ ਟਾਈਮ ਉਹਨਾਂ ਨੂੰ ਕਲੀਅਰ ਕੀਤਾ ਸੀ ਉਸੇ ਟਾਈਮ ਕਿ ਉਸ ਸਮੇਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਨਾਮ ਦੇ ਨਾਲ ਡਿਕਲੇਅਰ ਕਰਦੇ ਹਾਂ ਕਿ ਤੇਰਾ ਜਿਹੜਾ ਕੇਸ ਆ ਜਾਂ ਉਹ ਖਤਮ ਹੋਜੂ ਜਾਂ ਕੇਸ ਕਰਨ ਵਾਲਾ ਜਿਹੜਾ ਝੂਠਾ ਹੈ ਉਹ ਖਤਮ ਹੋ ਜਾਊਗਾ ਅਤੇ ਅੱਜ ਧੰਨਵਾਦ ਕਰਦੇ ਹਾਂ ਪਰਮੇਸ਼ੁਰ ਦਾ
ਕੀੜਾ ਕੇਸ ਜਿਹੜਾ ਹੈ ਉਹ ਖਤਮ ਹੋ ਗਿਆ ਸਾਰੇ ਕੰਮਾਂ ਦੀ ਕੋਰਟ ਸਮਾਂ ਨਾ ਲੈਂਦਾ ਹੋਇਆ ਮੈਂ ਇਸ ਗੱਲ ਨੂੰ ਬਿਆਨ ਕਰਨਾ ਚਾਹੁੰਦਾ ਜ਼ਰੂਰ ਕਿ ਹਰ ਕੋਈ ਸੁਣੇ ਅਤੇ ਬਰਕਤ ਪਾਵੇ ਅਤੇ ਇਸ ਇਕੱਠ ਨੂੰ ਜਿਹੜਾ ਅੱਜ ਹੋਇਆ ਜਿਸ ਤਰ੍ਹਾਂ ਪਰਮੇਸ਼ਰ ਨੇ ਇਹਨੂੰ ਇਕੱਠਾ ਕੀਤਾ ਜਿਸ ਦੇ ਜ਼ਰੀਏ ਕਿ ਉਹ ਹਮੇਸ਼ਾ ਅੱਗੇ ਵੱਧਦੇ ਰਹਿਣ ਉਹ ਸਾਰਾ ਮੈਂ ਦੱਸਣਾ ਚਾਹੁੰਦਾ ਕਿ ਗਲੋਰੀ ਟੀਵੀ ਦੇ ਜ਼ਰੀਏ ਹੋਇਆ ਸਾਰਾ ਕੁਛ ਇਹ ਗਲੋਰੀ ਟੀਵੀ ਜਦੋਂ ਮੇਰੀ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਆ ਗਈ ਸੀਗੀ ਮੈਂ ਮਰਨ ਕਿਨਾਰੇ ਸੀ ਜਿੱਦਾਂ ਦੱਸ ਕੇ ਹਟਿਆ ਅਤੇ ਉਸ ਟਾਈਮ ਮੈਂ ਗਲੋਰੀ ਟੀਵੀ ਦੇਖਦਾ ਸੀ ਅਤੇ ਉੱਥੇ ਗਲੋਰੀ ਟੀਵੀ ਤੋਂ ਹੀ ਮੈਨੂੰ ਨੰਬਰ ਮਿਲਿਆ ਸੀ ਸਾਡੇ ਅੰਕਲ ਜੀ ਨੇ ਨੌਰਥ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਬੇਟੇ ਆਏ ਹੋਏ ਨੇ ਇੱਥੇ ਮਰਕੋਸ ਸਾਰੇ ਜਾਣਦੇ ਹਾਂ ਅਤੇ ਉਹਨਾਂ ਦੇ ਬੇਟੇ ਨੇ ਤਿੰਨ ਅਤੇ ਚੌਥੇ ਉਹਨਾਂ ਦੇ ਆਪਣੇ ਭਤੀਜੇ ਨੇ ਸੇਵਕਾਈ ਦੇ ਵਿੱਚ ਨੇ ਸਾਰੇ ਸੇਵਾ ਕਰਦੇ ਨੇ ਦਿਲੋਂ ਅਤੇ ਉਹਨਾਂ ਦਾ ਨੰਬਰ ਮਿਲਿਆ ਉਹਨਾਂ ਦੇ ਜ਼ਰੀਏ ਹੌਲੀ 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 ਜਿੱਦਾਂ ਖੁਦਾਮ ਨੇ ਸਾਡੀ ਜ਼ਿੰਦਗੀ 'ਚ ਕੰਮ ਕੀਤਾ ਅਤੇ ਮੈਂ ਧੰਨਵਾਦ ਕਰਦਾ ਪਰਮੇਸ਼ਰ ਦਾ ਕਿ ਅੱਜ ਖੁਦਾਮ ਨੇ ਇੱਥੇ ਖੜਾ ਅਤੇ ਅਸੀਂ ਸਾਰੇ ਇਕੱਠੇ ਸਾਡੇ ਵਾਲੇ ਸਾਹਿਬ ਬੜੀ ਚੰਗੀ ਤਰ੍ਹਾਂ ਬਿਆਨ ਕਰਕੇ ਗਏ ਨੇ ਕਿ ਜੇ ਵਿਦੇਸ਼ੀ ਬੰਦਾ 200 ਵੀ 2 ਲੱਖ ਵਿਦੇਸ਼ੀ ਬੰਦਾ ਰਹਿੰਦਾ ਜੇ 50-50 ਸੈਂਟ ਵੀ ਦੇਣ ਲੱਗੇ ਤਾਂ ਕਿੱਥੇ ਘਣ ਜਾਂਦੀ ਹੈ ਅਤੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਨੇ ਜਿਹੜੇ ਅੱਜ ਗੁਨਾਹ ਦੇ ਵਿੱਚ ਫਸੇ ਹੋਏ ਨੇ ਜਿਹੜੇ ਬਿਲਕੁਲ ਮੌਤ ਦੇ ਨਜ਼ਦੀਕ ਨੇ ਜਿਹੜੇ ਜਿਨ੍ਹਾਂ ਤੱਕ ਗਲੋਰੀ ਟੀਵੀ ਪਹੁੰਚ ਰਿਹਾ ਜਿਹੜੇ ਮੇਰੇ ਮਨ ਬਰਕਤ ਪਾ ਰਹੇ ਨੇ ਅੱਜ ਅਤੇ ਸਭ ਤੋਂ ਵੱਡੀ ਬਰਕਤ ਮੈਂ ਧੰਨਵਾਦ ਕਰਦਾ ਮੈਂ ਤੁਹਾਡੇ ਸਾਹਮਣੇ ਕਰਾਂ ਅਤੇ ਮੈਂ ਚਾਹਾਂਗਾ ਹੀ ਕਹਿਣਾ ਕਿ ਅਸੀਂ ਇਸੇ ਤਰ੍ਹਾਂ ਸਾਰੇ ਇਹ ਗਲੋਰੀ ਟੀਵੀ ਦੀ ਜਿਹੜੀ ਆ ਮਦਦ ਕਰਦੇ ਰਹੀਏ ਅਤੇ ਤਾਂ ਕਿ ਹੋਰ ਵੀ ਜਿਹੜੀਆਂ ਜ਼ਿੰਦਗੀਆਂ ਨੇ ਹੋਰ ਵੀ ਸਾਡੇ ਭੈਣ ਭਰਾ ਨੇ ਜਿਹੜੇ ਬਿਲਕੁਲ ਮੌਤ ਦੇ ਨਜ਼ਦੀਕ ਨੇ ਉਹ ਜ਼ਿੰਦਗੀ ਨੂੰ ਪ੍ਰਾਪਤ ਕਰ ਸਕਣ ਇਹ ਜਿਹੜਾ ਕੰਮ ਇਹ ਚੱਲਦਾ ਰਹੇ ਇਹ ਕਦੇ ਰੋਕੇ ਨਾ ਪਰਮੇਸ਼ਰ ਦੇ ਨਾਂ ਦੇ ਵਿੱਚ ਖੁਦਾਮ ਦੇ ਨਾਲ ਹੋਰ ਵੀ ਕੁਛ ਇਸਤੇਮਾਲ ਕਰੇ ਹਲੇਲੂਇਆ ਅਤੇ ਮੈਂ ਚਾਹਾਂਗਾ ਕਿ ਜਿੰਨੇ ਵੀ ਸਾਡੇ ਭੈਣ ਭਰਾ ਨੇ ਸੁਣ ਰਹੇ ਨੇ ਉਹ ਦਿਲੋਂ ਪਰਮੇਸ਼ਰ ਜਾਣ ਕੇ ਇਹਨਾਂ ਦੀ ਮਦਦ ਕਰਨ ਇਸ ਚੈਨਲ ਦੀ ਮਦਦ ਕਰਨ ਤਾਂ ਕਿ ਵਚਨ ਦੇ ਵਿੱਚ ਜੋ ਲਿਖਿਆ ਗਿਆ ਕਿ ਤੁਸੀਂ ਦਸਵੰਧ ਅਤੇ ਭੇਟਾਂ ਮੇਰੇ ਮੋਦੀ ਖਾਨੇ ਦੇ ਵਿੱਚ ਲੈ ਕੇ ਆਓ ਤਾਂ ਕਿ ਭੋਜਨ ਹੋਵੇ ਉਹ ਭੋਜਨ ਕਿਹੜਾ ਪ੍ਰਭੂ ਦੇ ਵਚਨ 'ਚ ਲਿਖਿਆ ਗਿਆ ਕਿ ਇਨਸਾਨ ਸਿਰਫ ਰੋਟੀ ਨਾਲ ਨਹੀਂ ਉਹ ਪਰਮੇਸ਼ਰ ਦੇ ਮੁੱਖ ਚੋਂ ਨਿਕਲੇ ਹਰ ਜੀਵਤ ਰਹਿੰਦਾ ਉਹ ਸ਼ਬਦ ਨੇ ਜਿਹੜੇ ਉਹ ਵਚਨ ਆ ਜਿਹੜਾ ਉਹ ਗਲੋਰੀ ਟੀਵੀ ਰਾਹੀਂ ਅੱਜ ਸਾਡੇ ਤੱਕ ਹਾਲੇਲੂਇਆ ਉਹ ਵਚਨ ਨੂੰ ਉਹ ਕਲਾਮ ਨੂੰ ਮੈਂ ਆਪਣੀ ਜ਼ਿੰਦਗੀ 'ਚ ਲਿਆ ਤੇ ਮੈਂ ਤੇ ਹੋਰ ਵੀ ਜਿਹੜੇ ਪਹਿਚਾਣੇ ਉਹਨੂੰ ਇਸੇ ਤਰ੍ਹਾਂ ਲੈਣ ਉਹਨਾਂ ਤੱਕ ਇਹ ਕਲਾਮ ਪਹੁੰਚੇ ਅਤੇ ਇਸੇ ਤਰ੍ਹਾਂ ਜਿਹੜੀਆਂ ਜ਼ਿੰਦਗੀਆਂ ਨੇ ਉਹ ਬਚਦੇ ਹਨ ਪਰਮੇਸ਼ਰ ਦਾ ਨਾਮ ਉੱਚਾ ਹੁੰਦਾ ਜਾ ਹਾਲੇਲੂਇਆ ਹਾਲੇਲੂਇਆ ਪਾਸਟਰ ਪ੍ਰਦੀਪ ਸਾਹਿਬ ਖੁਦਾ ਦਾ ਸ਼ੁਕਰ ਕਰ ਰਹੇ ਹਾਂ ਤੁਹਾਡੀ ਇਹ ਅਜ਼ੀਮ ਗਵਾਹੀ ਦੇ ਲਈ ਬੜੀ ਖੂਬਸੂਰਤ ਗਵਾਹੀ ਹੈ ਔਰ ਕਿਸ ਤਰ੍ਹਾਂ ਖੁਦਾ ਦਾ ਵਚਨ ਤੁਹਾਡੇ ਕੰਨਾਂ 'ਚ ਪਿਆ ਔਰ ਤੁਸੀਂ ਜਿਹੜਾ ਗਲੋਰੀ ਟੀਵੀ ਦੇ ਜ਼ਰੀਏ ਬਹੁਤ ਸਾਰੇ ਲੋਕ ਅੱਜ ਵਚਨ ਸੁਣ ਰਹੇ ਨੇ ਔਰ ਪਰਮੇਸ਼ਵਰ ਨੂੰ ਕਬੂਲ ਕਰ ਰਹੇ ਨੇ ਔਰ ਬਾਈਬਲ ਕਦੇ ਸਾਨੂੰ ਦੱਸਦੀ ਹੈ ਕਿ ਜਿੰਨਾ ਚਿਰ ਕਿ ਸੁਣਾਵਾਂਗੇ ਨਹੀਂ ਕੌਣ ਸੁਣੇਗਾ ਸੁਣਾਵਾਂਗੇ ਨਹੀਂ ਤੇ ਕੌਣ ਸੁਣੇਗਾ ਸਾਡਾ ਮਕਸਦ ਹੈ ਸਾਰਿਆਂ ਦਾ ਜਿੰਨੇ ਵੀ ਪਰਮੇਸ਼ਰ ਦੇ ਵਿੱਚ ਨੇ ਉਹਨਾਂ ਦਾ ਇੱਕ ਹੀ ਮਕਸਦ ਹੋਣਾ ਚਾਹੀਦਾ ਜਿਹੜੀ ਮੱਤੀ ਰਸੂਲ ਦੀ ਇੰਜੀਲ ਦੇ ਵਿੱਚ ਗਵਾਹੀ ਦਿੱਤੀ ਗਈ ਹੈ ਸਾਨੂੰ ਹੁਕਮ ਦਿੱਤਾ ਗਿਆ ਹੈ ਕਿ ਜਾਓ ਪੂਰੀ ਦੁਨੀਆਂ ਦੇ ਵਿੱਚ ਖੁਸ਼ਖਬਰੀ ਸੁਣਾਓ ਤੇ ਆਹਾਂ ਕਿਸੇ ਨਾ ਕਿਸੇ ਤਰੀਕੇ ਨੇ ਪਰਮੇਸ਼ਰ ਨੇ ਸਾਡੇ ਲਈ ਇੱਕ ਮੀਡੀਆ ਦਿੱਤਾ ਹੈ ਜਿਹਦੇ ਜ਼ਰੀਏ ਅਸੀਂ ਘਰ ਘਰ ਜਿਹੜਾ ਹੈ ਉਹ ਇਹ ਵਚਨ ਲੈ ਕੇ ਜਾ ਸਕਦੇ ਹਾਂ ਔਰ ਜਿਹੜਾ ਫਰੂਟ ਅਸੀਂ ਦੇਖ ਸਕਦੇ ਹਾਂ ਪਾਸਟਰ ਪ੍ਰਦੀਪ ਨੇ ਫੌਰਨ ਹੀ ਸਾਨੂੰ ਫਿਰ ਇਨਵਾਈਟ ਕੀਤਾ ਅਸੀਂ ਇਹਨਾਂ ਕੋਲ ਆਏ ਔਰ ਸ਼ੈਲੀ ਅਤੇ ਇਹਨਾਂ ਦੇ ਬੱਚਿਆਂ ਦੇ ਨਾਲ ਅਸੀਂ ਟਾਈਮ ਗੁਜ਼ਾਰਿਆ ਅਸੀਂ ਬੜੇ ਹੀ ਖੁਸ਼ ਹਾਂ ਇਸ ਫੈਮਿਲੀ ਦੇ ਲਈ ਔਰ ਅੱਜ ਜਿਹੜਾ ਉਹ ਫਰੂਟ ਹੈ ਉਹ ਜਿਹੜਾ ਪਰਮੇਸ਼ਰ ਨੇ ਬਚਾਇਆ ਹੈ ਉਹ ਅੱਜ ਪਰਮੇਸ਼ਰ ਦਾ ਦਾਸ ਹੈ ਅੱਜ ਪਿਆਰ ਕਰਦੇ ਨੇ ਉਹਨੂੰ ਮੁਕਤੀਦਾਤਾ ਮੰਨਦੇ ਨੇ ਔਰ ਵਾਕਈ ਜਿਸ ਤਰ੍ਹਾਂ ਅਸੀਂ ਗਵਾਹੀਆਂ ਸੁਣੀਆਂ ਹੈ ਉਹਨਾਂ ਲਈ ਮੈਂ ਅਰਦਾਸ ਕਰਨਾ ਚਾਹੁੰਦਾ ਕਿ ਪਰਮੇਸ਼ਰ ਇਹ ਗਵਾਹੀ ਜਿਨ੍ਹਾਂ ਨੇ ਦਿੱਤੀ ਹੈ ਉਹ ਅੱਗੇ ਵੱਧਦੇ ਜਾਣ ਜਿੱਦਾਂ ਤੁਹਾਨੂੰ ਸੁਰਸੂਰ ਕਹਿੰਦਾ ਕਿ ਮੈਂ ਉਹ ਨਿਸ਼ਾਨ ਦੇ ਵੱਲ ਨਸਿਆ ਤੁਰਿਆ ਜਾਂਦਾ ਨੱਸਦੇ ਜਾਈਏ ਉਸ ਨਿਸ਼ਾਨ ਦੇ ਵੱਲ ਜਦੋਂ ਪਰਮੇਸ਼ਰ ਯਿਸੂ ਮਸੀਹ ਸਾਨੂੰ ਲੈ ਕੇ ਜਾਣਗੇ ਉੱਥੇ ਫਿਰ ਉਹ ਨਿਸ਼ਾਨ ਕੀ ਹੋਏਗਾ ਸਾਨੂੰ ਮੁਹਤਾਜ ਮਿਲਣਗੇ ਜਿਹੜੇ ਪਰਮੇਸ਼ਰ ਨੇ ਸਾਡੇ ਲਈ ਤਿਆਰ ਕੀਤੇ ਨੇ ਉਹ ਜਗ੍ਹਾ ਤਿਆਰ ਕੀਤੀ ਹੋਈ ਹੈ ਆਈਏ ਅੱਖਾਂ ਨੂੰ ਬੰਦ ਕਰੀਏ ਆਪਣੇ ਸਿਰਾਂ ਨੂੰ ਚੁਕਾਈਏ ਪਰਮੇਸ਼ਰ ਯਿਸੂ ਮਸੀਹ ਦਾ ਤਖ਼ਤ ਇੱਥੇ ਲੱਗਾ ਹੋਇਆ ਪਰਮੇਸ਼ਰ ਯਿਸੂ ਮਸੀਹ ਮੌਜੂਦ ਹੈ ਪਵਿੱਤਰ ਆਤਮਾ ਦਾ ਪਹਿਰਾ ਹੈ ਪਵਿੱਤਰ ਆਤਮਾ ਦਿਲਾਂ ਨੂੰ ਤਿਆਰ ਕਰ ਰਿਹਾ ਹੈ ਉਹ ਪਾ ਰਿਹਾ ਹੈ ਉਹ ਨਾਜ਼ਰ ਹੋਇਆ ਹੈ ਪਿਆਰਦਾਮ ਪਵਿੱਤਰ ਆਤਮਾ ਉਹ ਦਿਲਾਂ ਦੇ ਵਿੱਚ ਉਹਦਾ ਤਖ਼ਤ ਲੱਗ ਗਿਆ ਹੈ ਉਹ ਸਾਰੀ
ਗੰਦਗੀ ਨੂੰ ਸਾਰੀ ਬੁਰਾਈਆਂ ਨੂੰ ਸਾਰੇ ਗੁਨਾਹਾਂ ਨੂੰ ਉਹਨੇ ਧੋ ਦਿੱਤਾ ਹੈ। ਪਰ ਯਿਸੂ ਮਸੀਹ ਦੇ ਖੂਨ ਦੇ ਨਾਲ ਸਭ ਕੁਝ ਧੁਲ ਗਿਆ ਹੈ, ਅਸੀਂ ਨਵੇਂ ਹੋ ਗਏ, ਹੁਣ ਅਸੀਂ ਨਵੇਂ ਤੇ ਨਰੋਏ ਹਾਂ, ਅਸੀਂ ਪਾਕ ਹਾਂ, ਅਸੀਂ ਪਾਕੀਜ਼ਾ ਹਾਂ, ਅਸੀਂ ਪਵਿੱਤਰ ਹਾਂ। ਹਲੇਲੂਯਾ, ਕਿਉਂਕਿ ਤੇਰੇ ਲਹੂ ਨੇ ਸਾਡੀਆਂ ਗਲਤੀਆਂ ਨੂੰ ਸਾਡੇ ਪਾਪਾਂ ਨੂੰ ਪਰਮੇਸ਼ਰ ਯਿਸੂ ਮਸੀਹ ਦੂਰ ਕਰ ਦਿੱਤਾ ਹੈ। ਖੁਦਾਵੰਦ ਪਰਮੇਸ਼ਰ ਪਿਤਾ, ਜਿਨ੍ਹਾਂ ਨੇ ਗਵਾਹੀ ਦਿੱਤੀ ਹੈ ਪਿਆਰੇ ਖੁਦਾਵੰਦ, ਜਦੋਂ ਪਵਿੱਤਰ ਆਤਮਾ ਦਿਲਾਂ 'ਚ ਕੰਮ ਕਰਦਾ ਹੈ ਤੇ ਸਭ ਤੋਂ ਪਹਿਲਾ ਕੰਮ ਗਵਾਹੀ ਹੁੰਦੀ ਹੈ। ਪਰਮੇਸ਼ਰ, ਜਿਨ੍ਹਾਂ ਨੇ ਹੀ ਤੇਰੇ ਯਿਸੂ ਨਾਮ ਦੀ ਗਵਾਹੀ ਦਿੱਤੀ ਹੈ ਕਿ ਤੁਸੀਂ ਉਹਨਾਂ ਦਾ ਮੁਕਤੀ ਦਾਤਾ ਹੈ, ਪਰਮੇਸ਼ਰ ਯਿਸੂ ਮਸੀਹ ਉਹਨਾਂ ਨੂੰ ਮੁਸ਼ਕਲਾਂ 'ਚੋਂ ਕੱਢਣ ਵਾਲਾ, ਮੌਤ ਦੀਆਂ ਵਾਦੀਆਂ 'ਚੋਂ ਕੱਢਣ ਵਾਲਾ, ਔਰ ਹਰੀ ਹਰੀ ਘਾਹ ਦੀਆਂ ਚਰਾਗਾਹਾਂ ਦੇ ਵਿੱਚ ਰਹਿ ਜਾਣ ਵਾਲਾ ਯਿਸੂ ਮਸੀਹ ਤੂੰ ਹੀ ਹੈ। ਤੇਰਾ ਸ਼ੁਕਰ ਕਰ ਰਿਹਾ ਇਹਨਾਂ ਜ਼ਿੰਦਗੀਆਂ ਦੇ ਲਈ ਜਿਨ੍ਹਾਂ ਨੇ ਗਵਾਹੀ ਦਿੱਤੀ ਹੈ ਕਿ ਤੁਸੀਂ ਯਿਸੂ ਮਸੀਹ ਉਹਨਾਂ ਦਾ ਮੁਕਤੀ ਦਾਤਾ ਹੈ। ਪਿਆਰੇ ਪਰਮੇਸ਼ਰ ਪਿਤਾ, ਇਹਨਾਂ ਦੀ ਸਾਰੀ ਜ਼ਰੂਰਤਾਂ ਨੂੰ ਆਪਣੇ ਯਿਸੂ ਨਾਮ ਦੇ ਨਾਲ ਪੂਰਾ ਕਰ, ਸਾਰੀਆਂ ਮੁਸ਼ਕਲਾਂ ਨੂੰ ਖੁਦਾਵੰਦ, ਜਿਹੜੀਆਂ ਹਰਡਲ ਇਹਨਾਂ ਦੇ ਸਾਹਮਣੇ ਆਉਂਦੀਆਂ, ਜਿਹੜੀਆਂ ਰਜਿਸਟਰਸ ਨੇ, ਜਿਹੜੇ ਸ਼ੈਤਾਨ ਦੇ ਵੱਢ ਬੰਨੇ ਹੋਏ ਨੇ, ਜਿਹੜੇ ਪਹਾੜ ਇਹਨਾਂ ਦੇ ਮੁਸੀਬਤਾਂ ਦੇ ਸਾਹਮਣੇ ਆਉਂਦੇ ਨੇ, ਖੁਦਾਵੰਦ ਆਪਣੇ ਯਿਸੂ ਨਾਸਰੀ ਨਾਮ ਦੇ ਨਾਲ ਦੂਰ ਕਰ ਦੇ। ਚਾਰ ਪਿਆਰ ਖੁਦਾਵੰਦ, ਇੱਕ ਇੱਕ ਪੈਰ ਪਾਈ ਬੱਚਾ ਖੁਦਾਵੰਦ ਤੇਰੇ ਯਿਸੂ ਨਾਮ ਨੂੰ ਲੈ ਕੇ ਚੱਲ ਪਵੇ, ਤੇਰਾ ਝੰਡਾ ਉੱਚਾ ਕਰ ਖੁਦਾਵੰਦ। ਇਸ ਮੁਲਕ ਦੇ ਵਿੱਚ ਪਿਆਰ ਖੁਦਾ, ਤੂੰ ਆਪਣੇ ਲੋਕਾਂ ਨੂੰ ਉਸਾਇਆ ਹੈ ਖੁਦਾਵੰਦ। ਤੇਰਾ ਪਿਆਰ ਮਹਾਨ ਹੈ ਪਿਆਰੇ ਯਿਸੂ ਖੁਦਾਵੰਦ, ਇਸ ਪਿਆਰ ਨੂੰ ਖੁਦਾਵੰਦ ਆਪਣੇ ਦਿਲਾਂ 'ਚ ਲੈਂਦੇ ਹੋਏ ਪਿਆਰੇ ਯਿਸੂ ਖੁਦਾਵੰਦ ਤੇਰੇ ਯਿਸੂ ਨਾਮ ਨੂੰ ਜਲਾਲ ਦੇ ਰਿਹਾ ਖੁਦਾਵੰਦ। ਖੁਦਾਵੰਦ ਦੇ ਕਲੀਸਾ ਵੱਧਦੀ ਚਲੀ ਜਾਵੇ ਖੁਦਾਵੰਦ, ਹਰ ਖੁਦਾਵੰਦ ਦੂਰੋਂ ਦੂਰੋਂ ਲੋਕ ਇਸ ਘਰ 'ਚ ਆਉਣ ਪਿਆਰ ਖੁਦਾਵੰਦ ਯਿਸੂ ਸੀ, ਔਰ ਖੁਦਾਵੰਦ ਤੇਰੇ ਦਾਸ ਨੂੰ ਤੇਰੇ ਸਾਹਮਣੇ ਰੱਖਣਾ ਪਿਆਰ ਖੁਦਾਵੰਦ ਯਿਸੂ ਸੀ, ਪਿਆਰ ਖੁਦਾਵੰਦ ਦਾ ਸੱਜਾ ਹੱਥ ਦੇ ਉੱਤੇ ਰੱਖ ਪਿਆਰ ਖੁਦਾਵੰਦ, ਭਾਈ ਪ੍ਰਦੀਪ ਨੂੰ ਖੁਦਾਵੰਦ ਛੂਹ ਲੈ ਪਿਆਰ ਖੁਦਾਵੰਦ, ਉਹ ਇਹਦੇ ਦਿਲ 'ਚ ਖੁਦਾਵੰਦ ਆਪਣਾ ਤਖਤ ਲਾ ਦੇ ਪਿਆਰ ਖੁਦਾਵੰਦ, ਉਹ ਹਲੇਲੂਯਾ ਅਏ ਵਫਾਦਾਰ ਹਮੇਸ਼ਾ ਤੇਰਾ ਰਵੇ ਪਿਆਰ ਖੁਦਾਵੰਦ ਯਿਸੂ ਸੀ, ਉਹ ਹਲੇਲੂਯਾ ਖੁਦਾਵੰਦ ਔਰ ਤੇਰਾ ਕੰਮ ਕਰਨ ਲਈ ਦੂਰ ਦੂਰ ਜਾ ਸਕੇ ਪਿਆਰ ਖੁਦਾਵੰਦ ਯਿਸੂ ਸੀ, ਇਹਦੀ ਹਰ ਜ਼ਰੂਰਤ ਨੂੰ ਖੁਦਾਵੰਦ ਤੇਰੇ ਖਜ਼ਾਨਿਆਂ 'ਚ ਪੂਰਾ ਕਰਨ ਲਈ ਖੁਦਾਵੰਦ ਕਹਿੰਦੇ ਹਾਂ ਪਿਆਰ ਖੁਦਾਵੰਦ ਯਿਸੂ ਸੀ, ਜਿਹਨੇ ਸਾਜ ਵਜਾਉਣ ਵਾਲੇ, ਗੀਤ ਗਾਉਣ ਵਾਲੇ, ਵਰਸ਼ਿਪ ਕਰਨ ਵਾਲੇ, ਦੂਰੋਂ ਦੂਰੋਂ ਆਉਣ ਵਾਲੇ ਪਿਆਰ ਖੁਦਾਵੰਦ ਤੇਰੇ ਸਾਹਮਣੇ ਖੁਦਾਵੰਦ ਤਖਤ ਦੇ ਕੋਲ ਲੈ ਕੇ ਆਉਂਦੇ ਹਾਂ ਪਿਆਰ ਖੁਦਾਵੰਦ ਯਿਸੂ ਸੀ, ਆਪਣੀ ਨਜ਼ਰੇ ਕਰੋ ਪਿਆਰੇ ਯਿਸੂ, ਹਾਲੇਲੂਯਾ, ਆਪਣੇ ਬਾਬਾ ਇਹਨਾਂ ਦੇ ਉੱਤੇ ਖਿਲਾਰ ਦੇ ਪਿਆਰੇ ਯਿਸੂ, ਇਹਨਾਂ ਨੂੰ ਆਪਣੀ ਜੱਫੀ 'ਚ ਲੈ ਲਾ ਪਿਆਰ ਖੁਦਾਵੰਦ ਯਿਸੂ ਸੀ, ਖੁਦਾਵੰਦ ਇਹਨਾਂ ਦੇ ਉੱਤੇ ਰਹਿਮ ਕਰ ਪਿਆਰ ਖੁਦਾਵੰਦ, ਆਪਣੀ ਮੁਹੱਬਤ ਇਹਨਾਂ ਦੇ ਦਿਲਾਂ 'ਚ ਭਰਵੇਂ ਪਿਆਰ ਖੁਦਾਵੰਦ, ਹਾਲੇਲੂਯਾ ਜੀਸਸ ਖੁਦਾਵੰਦ, ਤਾਂ ਕਿ ਇਸ ਪਿਆਰ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਲੈ ਕੇ ਜਾ ਸਕਣ। ਖੁਦਾਵੰਦ ਇਸ ਅਰਦਾਸ ਨੂੰ ਤੂੰ ਸੁਣਿਆ ਔਰ ਕਬੂਲ ਕੀਤਾ ਹੈ ਆਪਣੇ ਪਿਆਰੇ ਮਿੱਠੇ ਯਿਸੂ ਨਾਸਰੀ ਨਾਮ ਦੇ ਵਿੱਚ। ਆਮੀਨ।